ਸਤਿਗੁਰ ਸਤਨਾਮ। ਇਸ ਗਰਮੀ ਦੇ ਅੰਦਰ ਵਾਹਿਗੁਰੂ ਜਾਣਦਾ ਹੈ ਕਿ ਆਪ ਕਿੱਡਾ ਤਪ ਕਰ ਰਹੇ ਹੋ। ਦੂਰ ਦਰਾਜ ਤੋਂ ਚੱਲ ਕੇ ਇੱਥੇ ਪਹੁੰਚੇ ਹੋ। ਜੋ ਕੁਛ ਗੁਰਬਾਣੀ ਦੇ ਅੰਦਰ ਫਰਮਾਨ ਆਇਆ, ਜੋ ਕੁਛ ਮਹਾਂਪੁਰਸ਼ਾਂ ਤੋਂ ਸੁਣਿਆ, ਉਹ ਇਹ ਦੱਸਦੇ ਨੇ ਕਿ ਜੇ ਕੋਈ ਗੁਰੂ ਵੱਲ ਨੂੰ ਚੱਲ ਕੇ ਆਉਂਦਾ, ਜਿੰਨਾ ਕੋਈ ਕਦਮ ਪੁੱਟਦਾ ਉਹਨੇ ਜੱਗਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ। ਇੱਕ ਜੱਗ ਸੰਪੂਰਨ ਕਰਨਾ ਹੋਵੇ ਬੜਾ ਟਾਈਮ ਲੱਗਦਾ। ਜਾਗੇ ਨੂੰ ਨਹੀਂ ਕਹਿੰਦੇ ਵੀ ਪ੍ਰਸ਼ਾਦੇ ਲੰਗਰ ਤਿਆਰ ਕਰਕੇ ਛਕਾਤਾ, ਇਹ ਤਾਂ ਹੁਣ ਆ ਕੇ ਗੱਲ ਬਣ ਗਈ, ਪਹਿਲਾਂ ਨਹੀਂ ਸੀ। ਪਹਿਲਾਂ ਜੱਗ ਬਹੁਤ ਵੱਡੀ ਬਾਤ ਸੀ, ਬੇਅੰਤ ਪਾਠ ਕੀਤਾ ਜਾਂਦਾ ਸੀ, ਮਹੀਨਿਆਂ ਵਧੀ ਸਾਲਾਂ ਵਧੀ, ਸੈਂਕੜੇ ਬੰਦੇ ਲੱਗਦੇ ਹੁੰਦੇ, ਅੱਗ ਦੇ ਵਿੱਚ ਹੂਤੀਆਂ ਪਾਉਂਦੇ ਸੀ। ਫਿਰ ਵੀ ਇਹ ਪਤਾ ਨਹੀਂ ਸੀ ਵੀ ਜੱਗ ਸੰਪੂਰਨ ਹੋ ਜਾਏਗਾ ਕਿ ਰਹਿ ਜਾਏਗਾ ਵਿਚਾਰੇ। ਪਾਂਡਵਾਂ ਨੇ ਜੱਗ ਕਰਿਆ ਰਾਸ਼ੂ, ਸ਼ਰਤ ਇਹ ਰੱਖੀ ਕਿ ਜੇ ਸੰਖ ਆਪਣੇ ਆਪ ਬਚ ਗਿਆ ਤਾਂ ਸਮਝਿਆ ਜਾਵੇਗਾ ਕਿ ਜੱਗ ਸੰਪੂਰਨ ਹੋ ਗਿਆ, ਜੇ ਨਾ ਬਚਿਆ ਫਿਰ ਕੋਈ ਵਿਘਨ ਪੈ ਗਿਆ। ਵਿਘਨ ਪੈ ਜਾਂਦੇ ਨੇ ਸਾਧ ਸਿੰਘ ਜੀ, ਪਤਾ ਲੱਗ ਜਾਂਦਾ ਵੀ ਵਿਘਨ ਪੈ ਗਿਆ ਕਿ ਨਹੀਂ ਪੈ ਗਿਆ। ਕੋਈ ਮੂਹਰੇ ਨਿਸ਼ਾਨਾ ਹੁੰਦਾ, ਜੇ ਤਾਂ ਉਹ ਪੂਰਾ ਹੋ ਗਿਆ ਤਾਂ ਠੀਕ ਹੈ। ਇੱਥੇ ਅਸੀਂ ਇੱਕ ਜੱਗ ਕਰਿਆ, ਸਭ ਤੋਂ ਵੱਡਾ ਜਿਹੜਾ ਜੱਗ ਨਾ ਦੁਨੀਆਂ 'ਚ, ਉਹਨੂੰ ਗਿਆਨ ਦਾ ਜੱਗ ਕਹਿੰਦੇ ਨੇ। ਉਦੋਂ ਹੇਠਾਂ ਬਹੁਤ ਵੱਡੇ ਫਲ ਨੇ, ਪਰ ਗਿਆਨ ਦਾ ਜੱਗ ਸਭ ਤੋਂ ਵੱਡਾ ਹੁੰਦਾ, ਇਹਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ। ਗਿਆਨ ਦਾ ਜੱਗ ਕਿਵੇਂ ਹੋਵੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਨੇ ਆਪ, ਗਿਆਨ ਦਾ ਸਰੂਪ ਨਹੀਂ ਹੈਗੇ ਗਿਆਨ ਨੇ, ਗਿਆਨ ਦਾ ਸਰੂਪ ਹੋਰ ਹੁੰਦਾ, ਗਿਆਨ ਹੋਰ ਹੁੰਦਾ। ਇਹਨਾਂ ਦੀ ਜੋ ਬਾਣੀ ਹੈ ਇਹ ਸੱਚ ਕਰਕੇ ਜਾਣਿਓ, ਇਹਦੀ ਕੀਮਤ ਤਾਂ ਪਾਈ ਨਹੀਂ ਜਾਣੀ ਕਿਸੇ ਤੋਂ ਵੀ। ਸ਼ਾਇਦ ਕਹਾਂ ਕੋਈ ਜ਼ਮਾਨਾ ਆ ਜਾਵੇ, ਕੋਈ ਵਾਹਿਗੁਰੂ ਦਿਮਾਗ ਦੇ ਵਿੱਚ ਕੋਈ ਐਸੀ ਸੋਝੀ ਦੇ ਦੇਵੇ ਤਾਂ ਪੈ ਜਾਵੇ ਤਾਂ ਪੈ ਜਾਵੇ, ਨਹੀਂ ਤਾਂ ਇਹ ਇੰਨੀ ਬਿਆਨ ਬਾਣੀ ਹੈ ਬੇਅੰਤ, ਸਾਰੀ ਜ਼ਿੰਦਗੀ ਮੈਨੂੰ ਖੋਜਦੇ ਨੂੰ ਲੱਗ ਗਈ। ਜਿਉਂ ਜਿਉਂ ਮੈਂ ਗਹਿਰਾ ਉਤਰਦਾ ਤਿਉਂ ਤੋਂ ਮੈਂ ਬਿਲਕੁਲ ਅਣਜਾਣ ਬਣਦਾ ਜਾਂਦਾ ਵੀ ਮੈਨੂੰ ਤਾਂ ਆਉਂਦਾ ਹੀ ਕੁਛ ਨਹੀਂ। ਸੱਚ ਜਾਣਿਆ ਮੈਂ ਨਹੀਂ ਕਹਿੰਦਾ ਹੈਗਾ ਵੀ ਬਾਜੇ ਐਵੇਂ ਕਹਿੰਦੇ ਨੇ ਚੰਗੇ ਬੰਦੇ ਜੀ, ਮੈਨੂੰ ਤਾਂ ਕੁਛ ਨਹੀਂ ਆਉਂਦਾ, ਕਿਉਂਕਿ ਇੰਨੀ ਵਿਸ਼ਾਲ ਹੁੰਦੀ ਜਾਂਦੀ ਹੈ, ਇਹਦਾ ਅਰਥ ਇਹਦਾ ਭਾਵ ਇੰਨਾ ਵੱਡਾ ਫੈਲਦਾ ਜਾਂਦਾ ਕਿ ਨਿੱਕੇ ਜਿਹਾ ਬੱਚਾ ਬਣ ਕੇ ਆਦਮੀ ਰਹਿ ਜਾਂਦਾ। ਇਹਦੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ, ਕਿਉਂਕਿ ਅਕਾਲ ਪੁਰਖ ਦੀ ਬਾਣੀ ਹੈ, ਗੁਰੂਆਂ ਦਾ ਰਾਹੀਂ ਇਹਦਾ ਪ੍ਰਕਾਸ਼ ਹੋਇਆ। ਜਿੱਥੇ ਬਾਣੀ ਦਾ ਉਚਾਰਨ ਹੁੰਦਾ ਹੋਏਗਾ, ਜਿਵੇਂ ਤੁਸੀਂ ਸੰਗਤ ਬੈਠੇ ਹੋ ਇਸ ਤਰ੍ਹਾਂ ਸੁਣਦੇ ਹੋਵੋਗੇ, ਇਹ ਸਭ ਤੋਂ ਸ੍ਰੇਸ਼ਟ ਜੱਗ ਹੁੰਦਾ ਹੈ। ਆਪਾਂ ਅਖੰਡ ਪਾਠ ਕਹਿੰਦੇ ਹਾਂ, ਲੇਕਿਨ ਇਹ ਗਿਆਨ ਦਾ ਜੱਗ ਹੈ।
ਜਿੱਥੇ ਕੋਈ ਤਤਵੇ ਤਾਂ ਮਹਾਂਪੁਰਸ਼ ਮਾਇਆ ਦੀਆਂ ਮੰਜ਼ਲਾਂ ਲੰਘ ਕੇ ਆਤਮ ਮੰਡਲ 'ਚ ਪ੍ਰਵੇਸ਼ ਕਰਕੇ ਭਜਨ ਕਰਦਾ ਹੋਏਗਾ ਉਹ ਗਿਆਨ ਦਾ ਯੱਗ ਹੁੰਦਾ। ਇਹਨੂੰ ਹੇਠਾਂ ਹੇਠਾਂ ਯੱਗ ਬਹੁਤ ਨੇ, ਉਹਨਾਂ ਦਾ ਵੀ ਫਲ ਬਹੁਤ ਹੈ। ਆਪਣਾ ਸਰੀਰ ਕਿਸੇ ਲੇਖੇ ਵਿੱਚ ਲਾ ਦੇਣਾ, ਜਦੋਂ ਅਸੀਂ ਕਹਿੰਦੇ ਹਾਂ ਸਰੀਰ ਹੋ ਗਿਆ, ਉਹਨੇ ਆਪਣੇ ਸਰੀਰ ਦਾ ਅਤੇ ਪ੍ਰਾਣਾਂ ਦਾ ਯੱਗ ਕਰ ਦਿੱਤਾ। ਇਹ ਬਹੁਤ ਵੱਡਾ ਯੱਗ ਹੈ। ਇਸ ਤਰ੍ਹਾਂ ਦੇ ਨਾਲ ਹੇਠਲੇ ਯੱਗ ਤੁਰੇ ਆਉਂਦੇ ਨੇ, ਬੇਅੰਤ ਕਿਸਮ ਦੇ ਨੇ ਯੱਗ, ਕੋਈ ਹਿਸਾਬ ਕਿਤਾਬ ਜਿਹਾ ਨਹੀਂ ਆਏ ਦਾ। ਪ੍ਰਸ਼ਾਦੇ ਦਾ ਯੱਗ ਹੈ, ਉਹ ਵੀ ਬਹੁਤ ਵੱਡੀ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਵੀ ਜਿਹੜਾ ਯੱਗ ਹੈ ਨਾ ਵੱਡੇ ਤੋਂ ਵੱਡਾ, ਉਹਦਾ ਫਲ ਕਿੰਨਾ ਹੈ ਜੇ ਕੋਈ ਮਨ ਚਿੱਤ ਲਾ ਕੇ ਹਿਰਦੇ 'ਚ ਵਸਾ ਲਵੇ। ਕਈ ਕਰੋੜ ਜੱਗ ਜਿਹੜੇ ਨੇ ਆਮ ਸਧਾਰਨ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਨਾ। ਇੱਕ ਤਾਂ ਇਹ ਗਿਆਨ ਦਾ ਜੱਗ ਹੈ, ਵੈਸੇ ਇਹਦਾ ਫਲ ਜ਼ਿਆਦਾ ਹੈ। ਅਤੇ ਜਿਹੜੇ ਸੁਣਦੇ ਨੇ ਅਤੇ ਹਿਰਦੇ 'ਚ ਵਸਾਉਂਦੇ ਨੇ, ਇਹ ਫਰਕ ਹੈ ਥੋੜ੍ਹਾ ਜਿਹਾ। ਹਿਰਦੇ 'ਚ ਵਸਾਉਣਾ ਬਹੁਤ ਮੁਸ਼ਕਲ ਹੈ, ਗੱਲਾਂ ਕਰ ਲੈਣੀਆਂ, ਗੱਲਾਂ ਤਾਂ ਅਸੀਂ ਐਵੇਂ ਕਰੀ ਜਾਂਦੇ ਹਾਂ ਇੱਧਰ ਦੇ ਉੱਧਰ ਦੇ, ਅਨੁਭਵ ਨਹੀਂ ਖੁੱਲ੍ਹਦਾ ਜਿੰਨੀ ਦੇਰ ਤੱਕ ਗੱਲ ਕੋਈ ਮਾਇਨੇ ਨਹੀਂ ਰੱਖਦੀ। ਕਿਤਾਬਾਂ ਪੜ੍ਹ ਲਈਆਂ, ਇਹਦਾ ਲੈਕਚਰ ਸੁਣ ਲਿਆ, ਉਹਦਾ ਸੁਣ ਲਿਆ, ਨੋਟ ਲੈ ਲਏ, ਉਹ ਠੀਕ ਹੈ, ਮਜ਼ਬੂਰੀ ਹੈ, ਕਰਿਆ ਵੀ ਕੀ ਜਾਵੇ। ਹਰੇਕ ਦਾ ਅਨੁਭਵ ਨਹੀਂ ਖੁੱਲ੍ਹਦਾ, ਕੁਛ ਕੰਮ ਚਲਾਉਣ ਵਾਸਤੇ, ਦੂਸਰਿਆਂ ਨੂੰ ਦੱਸਣ ਵਾਸਤੇ। ਆਪ ਵੀ ਉਹ ਅੱਠਵੀਂ ਸੱਤਵੀਂ 'ਚ ਪੜ੍ਹਦਾ, ਪੰਜਵੀਂ ਚੌਥੀ ਵਾਲਿਆਂ ਨੂੰ ਪੜ੍ਹਾਈ ਜਾਂਦਾ। ਸੋ ਮੈਂ ਬੇਨਤੀ ਕਰਦਾ ਸੀ ਕਿ ਤੁਸੀਂ ਐਸੇ ਜੱਗ ਦੇ ਵਿੱਚ ਆਉਂਦੇ ਹੋ, ਇਹ ਫਲ ਦਾ ਪਤਾ ਕਦ ਲੱਗੂਗਾ ਵੀ ਫਲ ਮਿਲ ਗਿਆ। ਇੱਕ ਗੱਲ ਕਰਿਓ, ਇਹਦਾ ਅਪਮਾਨ ਨਾ ਕਰਿਓ ਕਦੇ, ਐਂ ਨਾ ਲਿਆ ਵੀ ਮੈਂ ਇੰਨੇ ਸਤਸੰਗ ਕਰੇ ਨੇ, ਫਿਰ ਤਾਂ ਇਹਦਾ ਫਲ ਮਿਲਜੂ ਹੋਣਾ ਹੀ ਨਹੀਂ। ਇਹ ਦਰਗਾਹ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ, ਗੁਰੂ ਦੇ ਦਾਤੇ ਹੋਣਾ ਸ਼ੁਰੂ ਹੋ ਜਾਂਦਾ, ਅਤੇ ਜਦੋਂ ਇੱਥੋਂ ਬੰਦਾ ਜਾਂਦਾ ਫਿਰ ਪਤਾ ਲੱਗਦਾ ਧਨ ਧਨ ਕਹਿ ਸਭ ਕੁਝ ਮੁੱਖ ਉਜਲ ਹਰਦਰ ਕੇ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਵਧਿਆ। ਬੇਨਤੀ ਆਪਾਂ ਕੀਤੀ ਹੈ ਵੀ ਹੇ ਗੁਰੂ ਮਹਾਰਾਜ, ਸਾਨੂੰ ਗੋਲੇ ਰੱਖ ਲੈ, ਗੁਲਾਮ ਰੱਖ ਲੈ ਆਪਣਾ ਘਰ ਦਾ। ਮਹਾਰਾਜ ਕਹਿੰਦੇ ਤਾਂ ਕਹਿ ਤਾਂ ਦਿੱਤਾ ਬੜਾ ਸਖਾਲਾ ਜਿਹਾ, ਪਰ ਤੈਨੂੰ ਪਤਾ ਵੀ ਗੁਲਾਮ ਹੁੰਦਾ ਕੀ ਹੈ। ਗੁਲਾਮ ਵਿਕਿਆ ਹੋਇਆ ਬੰਦਾ ਹੁੰਦਾ, ਕੋਈ ਦੁਨੀਆ ਦਾ ਕਾਨੂੰਨ ਨਹੀਂ ਜਿਹੜਾ ਗੁਲਾਮ ਦੀ ਰਾਖੀ ਕਰਦਾ ਸੀ। ਅਮਰੀਕਾ ਵਾਲੇ ਕਾਂਗੂ ਤੋਂ ਫੜ ਕੇ ਲੈ ਜਾਂਦੇ ਸੀ ਜਹਾਜ਼ ਪੜ ਕੇ ਕਾਲਿਆਂ ਦੇ। ਆ ਜਿਹੜੇ ਯੂਰਪ ਦੇ ਵਿੱਚ ਕਾਲੇ ਨੇ ਨਾ ਥਾਂ ਥਾਂ 'ਤੇ, ਉਹ ਇਹ ਅਮਰੀਕਾ 'ਚੋਂ ਫੜੇ ਹੋਏ ਨੇ। ਇਹਨਾਂ ਨੂੰ ਪਸ਼ੂਆਂ ਵਾਂਗਣ ਸੰਗਣ ਲਾ ਕੇ ਬੰਨਦੇ ਸੀ, ਨੱਠ ਨਾ ਜਾਣ। ਸਜਾਵਾਂ ਇਹਨਾਂ ਨੂੰ ਮਿਲਦੀਆਂ ਸੀ, ਜੇ ਕੋਈ ਭੋਲਾ ਕਰਤੀ ਕਰਤੀ ਉਪੜਦੇ ਪਾਣੀ ਕੜਾਹੇ ਸੜਦੇ ਨੇ। ਉਹ ਵਿਚਾਰਾ ਤੜਪ ਤੜਪ ਕੇ ਮਰਦਾ ਸੀ, ਦੂਸਰੇ ਦੇਖਦੇ ਸੀ, ਕਿਉਂਕਿ ਗੁਲਾਮ ਸੀ, ਕੋਈ ਗੁਲਾਮ ਦੀ ਗੱਲ ਸੁਣਨ ਵਾਲਾ ਨਹੀਂ ਹੁੰਦਾ, ਗੁਲਾਮ ਦੀ ਕੋਈ ਮੰਗ ਨਹੀਂ ਹੁੰਦੀ। ਇਬਰਾਹਿਮ ਆਦਮ ਇੱਕ ਬਹੁਤ ਵੱਡਾ ਰੂਹਾਨੀ ਬਾਦਸ਼ਾਹ ਹੋਇਆ, ਬਾਅਦ ਵਿੱਚ ਸੂਫੀ ਪੀਰ ਬਣਿਆ। ਉਹ ਬਲਖ ਫਖਾਰੇ ਦੇ ਰਹਿਣ ਵਾਲਾ ਸੀ,
ਉਹਨਾਂ ਦਿਨਾਂ 'ਚ ਗੁਲਾਮ ਆਮ ਖਰੀਦਦੇ ਸੀ, ਜਿਵੇਂ ਆਪਾਂ ਡੰਗਰ ਖਰੀਦਦੇ ਹਾਂ, ਚੰਗੇ ਪੈਸੇ ਵਾਲੇ ਬੰਦੇ ਗੁਲਾਮ ਖਰੀਦ ਲਿਆਉਂਦੇ। ਉਹਨਾਂ ਨੂੰ ਗੁਰਲੇ ਵੀ ਕਹਿੰਦੇ ਸੀ, ਦਾਸ ਵੀ ਕਹਿੰਦੇ ਸੀ, ਬਰਦਾ ਵੀ ਕਹਿੰਦੇ ਸੀ। ਗੁਰੂ ਨਾਨਕ ਪਾਤਸ਼ਾਹ ਆਪ ਵਿਖੇ ਤਿੰਨ ਵਾਰੀ ਉਹਨਾਂ ਨੂੰ ਛਡਾਉਣ ਵਾਸਤੇ। ਉਹ ਜਦ ਘਰ ਦੇਖਿਆ ਉਹਨਾਂ ਨੇ, ਉਹਦੀ ਬੋਲ ਚਾਲ ਤੁਰਦੇ ਫਿਰਦੇ ਦੇਖਿਆ, ਉਹਨੇ ਕਿਹਾ ਵੀ ਬੰਦਾ ਕੋਈ ਵੱਡਾ ਬਹੁਤ ਸੋਝੀ ਵਾਲਾ ਲੱਗਦਾ। ਉਹਨੂੰ ਬੁਲਾ ਲਿਆ, ਕਹਿਣ ਲੱਗੇ ਹੈ ਗੁਲਾਮ, ਤੈਨੂੰ ਮੈਂ ਦੇਖ ਕੇ ਇਹ ਅੰਦਾਜ਼ਾ ਲਾਇਆ ਤੂੰ ਕਿਸੇ ਬਹੁਤ ਅੱਛੇ ਸੁਲਝੇ ਹੋਏ ਘਰ ਦਾ ਪੁਰਸ਼ ਹੈ। ਗੁਲਾਮ ਹੋ ਗਿਆ, ਅਸੀਂ ਖਰੀਦ ਲਿਆ ਤੈਨੂੰ, ਪਰ ਅਸੀਂ ਤੈਨੂੰ ਕੁਛ ਰਾਈਟਸ ਦਿੰਦੇ ਹਾਂ, ਹੱਕ ਹਕੂਕ ਦਿੰਦੇ ਹਾਂ। ਇੱਕ ਤਾਂ ਇਹ ਦੱਸ ਤੇਰਾ ਨਾਂ ਕੀ ਹੈ, ਅਸੀਂ ਕੀ ਕਹਿ ਕੇ ਬੁਲਾਇਆ ਕਰੀਏ। ਉਹ ਗੁਲਾਮ ਦਾ ਨਾਂ ਕੋਈ ਹੁੰਦਾ ਹੀ ਨਹੀਂ, ਨਾ ਉਹਦਾ ਆਜ਼ਾਦ ਬੰਦੇ ਦਾ ਹੁੰਦਾ, ਉਹਦਾ ਤਾਂ ਕੁਛ ਰੱਖ ਲਓ, ਕੀਜੂ ਮੀਜੂ ਰੱਖ ਲਓ, ਕੁੱਤਾ ਬਿੱਲਾ ਰੱਖ ਲਓ, ਕੁਛ ਰੱਖ ਲਓ ਜਿਹੜਾ ਜੀ ਕਰਦਾ, ਕਾਲਾ ਬਿੱਲਾ ਰੱਖ ਲਓ। ਦੂਸਰਾ ਇਹ ਦੱਸ ਤੂੰ ਕੀ ਖਾਣਾ ਚਾਹੁੰਦਾ, ਈਟਿੰਗ ਹੈਬਿਟਸ ਤੇਰੀਆਂ ਕੀ ਨੇ, ਸਵੇਰ ਦਾ ਖਾਣਾ ਕਦੋਂ ਖਾਣਾ ਚਾਹੁੰਦਾ, ਦੁਪਹਿਰ ਦਾ ਕਦੋਂ, ਰਾਤ ਦਾ ਕਦੋਂ। ਤੀਸਰਾ ਇਹ ਦੱਸ ਤੂੰ ਕੱਪੜੇ ਕਿਹੋ ਜਿਹੇ ਪਹਿਨਣਾ ਚਾਹੁੰਦਾ। ਚੌਥਾ ਇਹ ਦੱਸ ਤੂੰ ਸੌਣਾ ਕਰ ਚਾਹੁੰਦਾ, ਜਾਗਣਾ ਕਰ ਚਾਹੁੰਦਾ, ਮੈਂ ਉਹ ਜਿਵੇਂ ਹੁਕਮ ਦੇ ਦਾਂਗਾ। ਉਹ ਕਹਿੰਦਾ ਕਿ ਹਜ਼ੂਰ ਮੈਂ ਤਾਂ ਗੁਲਾਮ ਹਾਂ, ਮੇਰਾ ਤਾਂ ਕੋਈ ਹੱਕ ਨਹੀਂ ਹੋਣਾ ਹੈ, ਮੇਰਾ ਜਿਹੜਾ ਨਾਂ ਤੁਹਾਨੂੰ ਚੰਗਾ ਲੱਗਦਾ, ਛੋਟਾ ਜਿਹਾ ਵੱਡਾ ਜਿਹਾ, ਜਦ ਮੈਂ ਆਜ਼ਾਦ ਸੀ ਮੇਰਾ ਨਾਂ ਤਾਂ ਮੁੱਕਦਾ ਹੀ ਨਹੀਂ ਸੀ, ਐਡਾ ਬੜਾ ਸੀ, ਹੁਣ ਤੁਹਾਨੂੰ ਜਿਹੜੀ ਜੀ ਕਰਦਾ ਨਾਂ ਰੱਖ ਲਓ, ਖਾਣ ਨੂੰ ਜਿਹਾ ਜਿਹਾ ਦੇ ਦੋਗੇ ਮੈਂ ਖਾ ਲੈਣਾ, ਚਾਹੇ ਬਹੀਆਂ ਦੇ ਦਿਉ, ਚਾਹੇ ਜੂਠੇ ਦੇ ਦਿਉ, ਚਾਹੇ ਸੁੱਚੇ ਦੇ ਦਿਉ, ਮੇਰਾ ਕੋਈ ਧਰਮ ਨਹੀਂ ਰਿਹਾ, ਹੁਣ ਮੈਂ ਵਿਕ ਗਿਆ। ਕੱਪੜੇ ਜਿਹੇ ਨੇ ਤੁਹਾਡੀਆਂ ਅੱਖਾਂ ਨੂੰ ਚੰਗੇ ਲੱਗਦੇ ਨੇ ਉਹ ਦੇ ਦਿਉ, ਪਾਟੇ ਹੋਏ ਅੱਛੇ ਲੱਗਦੇ ਆ ਉਹ ਠੀਕ ਹੈ। ਸੌਣ ਦਾ ਜਦ ਤੁਸੀਂ ਮੈਨੂੰ ਕਹਿ ਦੋਗੇ, ਜਦ ਸੌਂਦਾ ਸੌਂਦਿਆ ਕਰੂੰਗਾ, ਜਦ ਹਾਕ ਮਾਰ ਲਈ ਉੱਠ ਖੜਾ ਕਰੂੰਗਾ। ਸੋ ਇਹ ਬੜੀ ਆਪਾਂ ਅਰਦਾਸ ਕਰੀਏ ਵੀ ਹੇ ਸੱਚੇ ਪਾਤਸ਼ਾਹ, ਆਪਣੇ ਘਰ ਦੇ ਗੋਲੇ ਰੱਖ ਲੈ, ਸਾਨੂੰ ਗੁਲਾਮ ਰੱਖ ਲੈ, ਪਰ ਪੜ੍ਹਦਾ ਆਪਾਂ ਲਿਆ ਤਿਆਰ ਨਹੀਂ ਹਾਂ ਅਸੀਂ ਇਸ ਗੱਲ ਤੱਕ ਜਾਣ ਨੂੰ ਵੀ ਸੱਚਮੁੱਚ ਇਹਸਾਨ ਲੈ ਤਾਂ ਗਾਇਆ, ਸਾਨੂੰ ਸੋਹਣਾ ਲੱਗਿਆ, ਅਸੀਂ ਗਾ ਲਿਆ, ਵਧੀਆ ਲੱਗੀ ਧਾਰਨਾ, ਅਸੀਂ ਗਾ ਲਈ ਸੱਚੇ ਪਾਤਸ਼ਾਹ, ਦੇਖੀ ਕਿਤੇ ਹੈ ਜਾਂ ਨਾ ਕਰੀ, ਕਿਉਂਕਿ ਗੁਲਾਮ ਦੀ ਕੋਈ ਮੰਗ ਨਹੀਂ ਹੁੰਦੀ ਕੋਈ ਵੀ, ਚਾਹੇ ਉਹਦੇ ਰੋਜ਼ 100 ਲੱਗਣੇ ਸ਼ੁਰੂ ਹੋ ਜਾਣ, ਚਾਹੇ ਉਹਨੂੰ ਸ਼ਾਬਾਸ਼ ਦੇ ਦੇ, ਕੋਈ ਮੰਗ ਨਹੀਂ ਹੁੰਦੀ, ਤਾਂ ਉਹਦਾ ਕੋਈ ਇਤਰਾਜ਼ ਹੁੰਦਾ। ਜਿਹੜਾ ਵੀ ਕੰਮ ਕਰਾਉਣਾ ਕਰਾ ਲੈ, ਭੈੜੇ 'ਤੇ ਬੇੜਾ ਕਰਾ ਲੈ, ਚੰਗੇ 'ਤੇ ਚੰਗਾ ਕਰਾ ਲੈ। ਹੁਣ ਅਸੀਂ ਕਹਿ ਦਿੱਤਾ ਵੀ ਸਾਨੂੰ ਗੁਲਾਮ ਲੈਣਾ, ਪਰ ਸਾਡੇ ਅੰਦਰ ਇੱਕ ਐਸਾ ਅੜਿੱਕਾ ਹੈ ਨਾ ਜਿਹੜਾ ਕਦੇ ਵੀ ਐਗਰੀ ਨਹੀਂ ਕਰ ਸਕਦਾ ਇਸ ਗੱਲ ਦੇ ਨਾਲ। ਉਹ ਅੜਿੱਕਾ ਮੈਂ ਦਾ ਵੀ ਮੈਂ ਮੇਰੇ ਕੰਮ ਕਰਾਉਂਦੇ ਨੇ। ਬਹੁਤੇ ਮਹਾਂਪੁਰਸ਼ ਜਿਹਨਾਂ ਨੇ ਤਾਰਨਾ ਹੁੰਦਾ ਨਾ, ਸਾਰੇ ਨਹੀਂ ਕਰਦੇ ਮਹਾਂਪੁਰਸ਼, ਮਹਾਂਪੁਰਸ਼ ਵੀ ਆਪਣਾ ਬੜਾ ਕੁਛ ਬਚਾ ਕੇ ਰੱਖਦੇ ਨੇ, ਆਪਣਾ ਭੇਤ ਨਹੀਂ ਦਿੰਦੇ ਹੁੰਦੇ ਕਿਸੇ ਨੂੰ, ਹੋਰ ਨਜ਼ੀਕ ਖਰਾਏ ਦੇ ਭੇਤ ਨਾ ਕਿਸੇ ਦੇਣ।
ਉਹ ਚੇਲੇ ਛੱਡਣੇ ਨਹੀਂ ਬਣਾਉਂਦੇ, ਵਿਘਨ ਪੈ ਜਾਣਗੇ, ਹਜ਼ਾਰਾਂ ਹੀ ਲਗਾਉਣ ਲੱਗ ਜਾਣਗੇ, ਘਰ ਛੱਡਿਆ ਬਾਹਰ ਛੱਡਿਆ, 12 ਕੁ ਫਿਰ ਚੇਲੇ ਬਣਾ ਲਓ, ਸਾਥੀ ਬਣਾਉਂਦੇ ਨੇ, ਸੰਗਤ ਬਣਾ ਲੈਂਦੇ ਨੇ, ਵਿੱਚ ਆਪ ਰਲੇ ਰਹਿੰਦੇ ਨੇ। ਕਈ ਮਹਾਂਪੁਰਸ਼ ਹੁੰਦੇ ਨੇ ਉਹ ਇਹ ਜਗਿਆਸੂ ਨੂੰ ਤਾਰਨ ਵਾਸਤੇ ਇਹੋ ਜਿਹੇ ਸਟੈਪਸ ਲੈਂਦੇ ਨੇ ਵੀ ਇਹਦੇ ਅੰਦਰੋਂ ਮੈਂ ਮਰ ਜਾਵਾਂ। ਪਰ ਇਹ ਹੈ ਬੜੀ ਔਖੀ। ਇੱਕ ਰਾਜਾ, ਇਹੀ ਰਾਜਾ ਸੀ ਜਿਹੜਾ ਕਬੀਰ ਸਾਹਿਬ ਕੋਲ ਜਾ ਕੇ 6 ਸਾਲ ਇਹਨੇ ਬੜੀ ਸੇਵਾ ਕਰੀ, ਸਾਧੂ ਬਣ ਗਿਆ। ਮਾਤਾ ਲੋਈ ਜੀ ਨੇ ਕਿਹਾ ਵੀ ਇਹਨੂੰ ਤੁਸੀਂ ਇਨੀਸ਼ੀਏਟ ਨਹੀਂ ਕੀਤਾ। ਇਨੀਸ਼ੀਏਟ ਸੰਤ ਕਿਸੇ ਨੂੰ ਕਰਦੇ ਹੁੰਦੇ ਨੇ, ਸਾਰਿਆਂ ਨੂੰ ਬਾਰਿਆਂ ਦੀ ਵਾਰੀ ਨਹੀਂ ਆਉਂਦੀ, ਕਿਉਂਕਿ ਉਸ ਥਾਂ ਪਹੁੰਚੇ ਨਹੀਂ ਹੁੰਦੇ। ਸੰਤਾਂ ਨੂੰ ਪਤਾ ਵੀ ਇਹ ਜਿਹੜੀ ਗੱਲ ਅਸੀਂ ਕਹਿਣੀ ਇਹਨੇ ਸਾਂਭ ਨਹੀਂ ਸਕਣੀ, ਉਹ ਚੁੱਪ ਰਹਿੰਦੇ ਨੇ, ਕੋਈ ਗੱਲ ਨਹੀਂ ਕਰਦੇ ਇਸ ਮਾਮਲੇ ਦੇ ਉੱਤੇ। ਉਹ ਕਹਿਣ ਲੱਗੇ ਵੀ ਮਹਾਰਾਜ, ਤੁਸੀਂ ਇਹਨੂੰ ਅਜੇ ਤੱਕ ਇਨੀਸ਼ੀਏਟ ਨਹੀਂ ਕਰਿਆ, ਇਹਨੂੰ ਦੀਕਸ਼ਾ ਨਹੀਂ ਦਿੱਤੀ। ਕਹਿੰਦੇ ਲੋਈ, ਅਜੇ ਇਹ ਇਸ ਕਾਬਲ ਨਹੀਂ ਹੋਇਆ, ਰਾਜਾ ਰਿਹਾ, ਅਜੇ ਇਹਦੇ 'ਚੋਂ ਮੈਂ ਨਹੀਂ ਬਣੀ। ਕਹਿੰਦੇ ਇਹ ਤਾਂ ਝਾੜੂ ਦਿੰਦਾ, ਸਾਧੂਆਂ ਦੇ ਬਸਤਰ ਧੋਂਦਾ, ਜੂਠੇ ਬਰਤਨ ਮਾਂਜਦਾ, ਸੇਵਾ ਕਰਦਾ, ਲੱਤਾਂ ਘੁੱਟਦਾ, ਇਸ਼ਨਾਨ ਨੂੰ ਪਾਣੀ ਲਿਆ ਲਿਆ ਦਿੰਦਾ। ਉਹ ਕਹਿੰਦੇ ਉਹ ਠੀਕ ਹੈ, ਅਜੇ ਇਹਦੇ 'ਚ ਮੈਂ ਬਹੁਤ ਹਾਂ। ਮਹਾਰਾਜ ਪਤਾ ਕਿਵੇਂ ਲੱਗੇ? ਕਹਿੰਦੇ ਜਦ ਅੱਜ ਗੰਗਾ ਤੋਂ ਇਸ਼ਨਾਨ ਕਰਕੇ ਆਉ ਨਾ, ਘਰ ਦਾ ਕੂੜਾ ਇਹਦੇ ਸਿਰ 'ਚ ਪਾ ਦੀ ਕੋਠੇ 'ਤੇ ਖੜ ਕੇ। ਉਸ ਤਰ੍ਹਾਂ ਕਰਿਆ ਉਹਨੇ। ਉਹ ਜਦ ਕੂੜਾ ਪਿਆ, ਇਕਦਮ ਉੱਤੇ ਨੂੰ ਦੇਖਿਆ, ਮੂੰਹ 'ਚੋਂ ਜ਼ਬਰਦਸਤੀ ਨਿਕਲ ਗਿਆ। ਹੁੰਦਾ ਨਾ ਮੈਂ ਅੱਜ ਬਲਕ ਬੁਖਾ ਰਹੇ, ਮੇਰੇ 'ਤੇ ਕੋਈ ਕੂੜਾ ਪਾ ਕੇ ਦਿਖਾਉਂਦਾ। ਇਹਨਾਂ ਨੂੰ ਆ ਗਈ ਸੋਚੀ ਵੀ ਮੈਂ ਕਿਹੜਾ ਹੁਣ ਬਾਦਸ਼ਾਹ, ਮੈਂ ਤਾਂ ਇੱਥੋਂ ਭੀਖ ਮੰਗਦਾ, ਵੱਡੀ ਤੋਂ ਵੱਡੀ ਦਾਤ ਪ੍ਰਾਪਤ ਕਰਨ ਆਇਆ ਜਿਹੜੀ ਬਾਦਸ਼ਾਹਾਂ ਦੇ ਕੋਲ ਨਹੀਂ ਹੁੰਦੀ। ਚੁੱਪ ਕਰਕੇ ਗਲਤੀ ਮਹਿਸੂਸ ਕਰ ਲਈ। 6 ਸਾਲ ਫੇਰ ਲੰਘ ਗਏ। ਵੀਰ ਸਾਹਿਬ ਕਹਿੰਦੇ ਲੋਈ, ਹੁਣ ਮਰ ਗਿਆ ਇਹ, ਹੁਣ ਇਹਦੇ 'ਚ ਮੈਂ ਨਹੀਂ ਰਹਿ। ਕਈ ਮਹਾਰਾਜ ਪਤਾ, ਕਹਿੰਦੇ ਜਿਵੇਂ ਜਿਵੇਂ ਘਰ ਜਿਵੇਂ ਪਿਛਲੀ ਵਾਰੀ ਕਰਿਆ ਸੀ ਕੂੜਾ ਪਾ ਕੇ, ਉਹ ਜਦ ਨਹਾ ਕੇ ਆਇਆ ਦੁਪਹਿਰ ਦੇ ਮੌਕੇ ਕੂੜਾ ਪਾ ਦਾ, ਉੱਥੇ ਨੱਚਣ ਲੱਗ ਗਿਆ। ਕਹਿੰਦਾ ਮਾਂ, ਸੰਤਾਂ ਦੀ ਧੂੜੀ ਜਿਹਨੂੰ ਦੇਵਤੇ ਵੀ ਲੋਚਦੇ ਆ, 68 ਤੀਰਥ ਮਿੰਨਤਾਂ ਕਰਦੇ ਨੇ, ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਅਤੇ ਕਰੇ ਉਦੋਂ ਧੂੜ ਸਾਧੂ ਕੀਤਾ ਹੈ, ਜਿਨ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਮੇਰੇ ਕਿੰਨੇ ਭਾਗ ਚੰਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਇੱਕ ਮੰਗਣ ਲੱਗਿਆ ਤੇਰੇ ਮੰਗ, ਪਰ ਮਾਫ਼ ਕਰੀ ਮੈਨੂੰ, ਮੈਂ ਤੇਰਾ ਦਰ ਨਹੀਂ ਛੱਡਣਾ ਜਦ ਤਾਈਂ ਤਾਂ ਮੈਨੂੰ ਇਹ ਦੇਣੀ ਨਹੀਂ। ਚਾਹੇ ਮੈਨੂੰ ਧੀਰਜ ਦੇ ਦੀ, ਚਾਹੇ ਧੱਕੇ ਮਾਰਦੀ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ, ਪਰ ਮੈਂ ਢੀਠ ਮੰਗਦਾ ਬਣਨਾ, ਚਾਹੇ ਕੁੱਟੀ ਗਈ ਚਾਹੇ ਮਾਰੀ ਗਈ, ਜੋ ਤੇਰਾ ਜੀ ਕਰਦਾ ਕਰ ਲੈ, ਜਦ ਤਾਈਂ ਤੂੰ ਮੈਨੂੰ ਮੇਰੀ ਮੰਗੀ ਹੋਈ ਚੀਜ਼ ਨਹੀਂ ਨਾ ਦਿੰਦਾ, ਮੈਂ ਤੇਰਾ ਦਰ ਨਹੀਂ ਛੱਡਣਾ। ਹੁਣ ਅਸੀਂ ਸੋਚਦੇ ਹਾਂ ਵੀ ਕੀ ਮੰਗਣਾ ਸੀ ਉਸ ਵੇਲੇ, ਜਿਹਦੇ ਵਾਸਤੇ ਢੀਠ ਬਣਨਾ,
ਉਹ ਕਹਿੰਦੇ ਨੇ ਪਾਵੋ ਦਾਨ ਢੀਠ ਹੋਏ ਮੰਗੋ, ਮੁੱਖ ਲਾਗੇ ਸੰਤ ਰਹਿਣਾ, ਮੇਰੇ ਚਿਹਰੇ ਦੇ ਉੱਤੇ ਸੰਤਾਂ ਦੀ ਧੂੜ ਲੱਗ ਜਾਵੇ, ਆਹ ਮੈਨੂੰ ਦੇ ਦੇ, ਮੈਂ ਤੇਰਾ ਘਰ ਨਹੀਂ ਛੱਡਣਾ। ਇਹਦੀ ਕੋਈ ਇੰਪੋਰਟੈਂਸ ਹੋਣੀ ਹੈ, ਕੋਈ ਮਹੱਤਤਾ ਹੋਣੀ ਹੈ, ਤਾਂ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਨੇ ਪਿਆਰਿਓ ਮੰਗੋ ਤੁਸੀਂ ਸੰਤ ਰਹਿਣ। ਪੰਪਾ ਸਰ 'ਚ ਕੀੜੇ ਪੈ ਗਏ, ਗਰੀਬ ਸ਼ਿਵਰੀ ਸੀ ਭੇਲਣੀ, ਰਿਸ਼ੀਆਂ ਨੇ ਉੱਤਮ ਜਾਤੀ ਦੇ ਹੋਣ ਕਰਕੇ ਉਹਨੂੰ ਮਾਰਿਆ ਵੀ ਸਾਡੇ ਨੇੜੇ ਰਹਿਣੀ ਹੈ, ਸੇਵਾ ਕਰਦੀ ਸੀ, ਲੱਕੜਾਂ ਲਿਆ ਕੇ ਲੰਗਰ ਛਕਾਉਂਦੀ ਸੀ, ਕਹਿੰਦੇ ਸਾਡੇ ਤਪ ਨਸ਼ਟ ਕਰਦੀ ਹੈ, ਮਾਰੀ ਵਿਚਾਰੀ ਉੱਥੋਂ ਫਿਰ ਤੜਕੇ ਉੱਠ ਕੇ ਕੰਡੇ ਕੁੰਡੇ ਝੁਕ ਜਾਇਆ ਕਰੇ, ਦਿਨ 'ਚ ਨਿਗਾਹ ਕਰ ਜਾਇਆ ਕਰੇ ਵੀ ਕਿੱਥੇ ਕੰਡੇ ਨੇ, ਕਿੱਥੇ ਝਾੜੀਆਂ ਉੜ ਕੇ ਆ ਗਈਆਂ, ਵੀ ਇਹਨਾਂ ਨੇ ਜਾਣਾ ਉੱਠ ਕੇ ਇਸ਼ਨਾਨ ਕਰ, ਹਨੇਰਾ ਆਉਣਾ ਰਾਹ, ਘਾਹ ਘੂ ਖੋਦ ਦੇਣਾ ਵਧੀਆ, ਜਿਵੇਂ ਸੜਕ ਹੁੰਦੀ ਐਂ ਬਣਾ ਕੇ ਰੱਖਦੀ ਸੀ, ਰਾਤ ਨੂੰ ਕਰਦੀ ਸੀ। ਉਹਨੇ ਕਿਹਾ ਵੀ ਇਹ ਸੜਕਾਂ ਹੁਣ ਸੰਭਾਲਣਾ, ਪਹਿਰਾ ਲਾ ਕੇ ਫੇਰ ਫੜ ਲਈ, ਬਹੁਤ ਮਾਰੀ, ਕਹਿੰਦੇ ਹੁਣ ਤੂੰ ਇੱਥੋਂ ਚਲੀ ਜਾ, ਤੂੰ ਸਾਡੇ ਪੁੰਨ ਨਸ਼ਟ ਕਰਦੀ, ਖੋਣੀਆਂ ਸਾਡੇ ਪੁੰਨ, ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ ਹੈ। 10-12 ਮੀਲ 'ਤੇ ਜਾ ਕੇ ਝੋਂਬੜੀ ਪਾ ਲਈ, ਉਹਨਾਂ ਦਾ ਜਿਹੜਾ ਤੀਰ ਸੀ ਖਰਾਬ ਹੋ ਗਿਆ, ਪੂਰੇ ਪੈ ਗਏ ਉਹਦੇ 'ਚ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਪੰਚਵਟੀ 'ਚ ਗਏ ਹੋਏ, ਬਨਵਾਸ ਕੱਟ ਰਹੇ ਸੀ, ਉੱਥੇ ਗਏ, ਬੇਨਤੀਆਂ ਕਰੀਆਂ, ਲੈ ਆਏ। ਜਦੋਂ ਰਸਤੇ ਰਸਤੇ ਤੁਰੇ ਆਉਂਦੇ ਨੇ, ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਇੱਕ ਪੱਗ ਡੰਡੀ ਵੱਲ ਨੂੰ ਹੋਏ, ਉਹਨੇ ਕਿਹਾ ਮਹਾਰਾਜ ਇਹ ਤਾਂ ਪੱਗ ਡੰਡੀ ਕਿਤੇ ਵੀ ਨਹੀਂ ਜਾਣੀ, ਇੱਕ ਇੱਥੇ ਝੋਂਬੜੀ ਹੈ, ਭੀਲਣੀ ਰਹਿੰਦੀ ਹੈ, ਉੱਥੋਂ ਕਹਾਂ ਨਹੀਂ ਜਾਂਦੀ, ਕਹਾਂ ਜੰਗਲ ਹੈ, ਸਾਡੇ ਨਾਲ ਚੱਲੋ। ਉਹ ਕਹਿੰਦੇ ਚਲੋ ਤੁਸੀਂ ਇਕੱਠ ਕਰੋ, ਅਸੀਂ ਆਏ, ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ। ਸਿੱਧਾ ਹੀ ਭੀਲਣੀ ਦੇ ਕੋਲ ਚਲੇ, ਕੀ ਦੇਖਦੇ ਨੇ, ਅੱਖਾਂ ਝਾਂਜੂ ਨੇ, ਰੋ ਰਹੀ ਹੈ, ਬੁੱਲ ਹਿੱਲ ਰਹੇ ਨੇ, ਛੋਟੀ ਛੋਟੀ ਆਵਾਜ਼ ਆ ਰਹੀ ਹੈ, ਹੇ ਪ੍ਰਭੂ ਮੈਂ ਗਰੀਬ ਨਹੀਂ, ਮੇਰਾ ਸੰਸਾਰ 'ਤੇ ਕੋਈ ਨਹੀਂ, ਤੂੰ ਸਾਰਿਆਂ ਦਾ, ਤੈਨੂੰ ਨਾ ਛੋਟੀ ਜਾਤ ਨਾਲ ਕੋਈ ਫਰਕ ਹੈ, ਨਾ ਵੱਡੀ ਨਾਲ, ਕਿਰਪਾ ਕਰ ਮੈਨੂੰ ਦਰਸ਼ਨ ਦੇਗਾ। ਜ਼ਿੰਦਗੀ 'ਚ ਇੱਕ ਵਾਰੀ ਚਾਂਸ ਆਇਆ, ਬਾਰ ਬਾਰ ਤੁਸੀਂ ਇੱਧਰ ਆਉਣਾ ਨਹੀਂ, ਅਤੇ ਜੇ ਮੈਂ ਅੱਜ ਦਰਸ਼ਨਾਂ ਤੋਂ ਵਾਂਝੀ ਰਹਿ ਗਈ, ਮੇਰੀ ਸਾਰੀ ਜ਼ਿੰਦਗੀ ਵਿਅਰਥ ਜਾਏਗੀ, ਰੋ ਰਹੀ ਹੈ। ਉਸ ਵੇਲੇ ਰਾਮ ਚੰਦਰ ਜੀ ਸਾਹਮਣੇ ਖੜ੍ਹੇ ਹੋ ਕੇ ਆਵਾਜ਼ ਦਿੰਦੇ ਨੇ, ਸ਼ਿਵਰੀ ਨੇਤਰ ਖੋਲ ਬੇਟਾ, ਨਹੀਂ ਖੋਲੇ, ਉਹਨਾਂ ਦਾ ਸਰੂਪ ਖਿੱਚ ਲਿਆ ਬਾਹਰ, ਐਂ ਤੜਫ ਕੇ ਗਿਰੀ ਜਿਹਨੇ ਮੱਛੀ ਤੜਫਦੀ ਆ ਪਾਣੀ, ਇੱਕਦਮ ਉੱਚੀ ਮਾਂ ਚੀਕ ਮਾਰੀ ਵੀ ਹੈ ਪ੍ਰਭੂ ਤੂੰ ਕਿੱਥੇ ਚਲਿਆ ਗਿਆ, ਤੂੰ ਵੀ ਚਲਿਆ ਗਿਆ। ਕਹਿੰਦੇ ਨੇਤਰ ਖੋਲ, ਸਾਹਮਣੇ ਖੜ੍ਹੇ ਨੇ, ਉਹ ਦਰਸ਼ਨ ਦੇਖਦੇ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਸਭ ਕੁਛ ਭੁੱਲ ਜਾਂਦਾ ਆਦਮੀ ਨੂੰ, ਕੁਛ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰਾਂ। ਸਭ ਦੇ ਉੱਤੇ ਬਿਠਾ ਲਿਆ ਦੋਹਾਂ ਨੂੰ, ਤਿੰਨਾਂ ਜਣਿਆਂ ਨੂੰ, ਮੈਂ ਕੀ ਕਰਾਂ, ਸੇਵਾ ਕੀ ਕਰਾਂ। ਥੋੜ੍ਹੇ ਦਿਨ ਪਹਿਲਾਂ ਸੁਣਿਆ ਸੀ ਵੀ ਉਹ ਆ ਰਹੇ ਨੇ ਇੱਧਰ,
ਲੋਚਾ ਸੀ ਮੇਰੇ ਮੈਨੂੰ ਦਰਸ਼ਨ ਦੇ ਕੇ ਜਾਣ, ਉਹਨੇ ਬੇ ਤੋੜੇ ਹੋਏ ਸੀ ਜਿਸਮਾਂ ਤੋਂ ਮੇਰਾ ਦਾ ਉੱਜੜ ਭਰ ਕੇ ਲਿਆਈ ਦੇਤਾ, ਉੱਥੇ ਪਲੇਟਾਂ ਦਾ ਹੈ ਨਹੀਂ ਸੀ। ਸ਼੍ਰੀ ਰਾਮ ਚੰਦਰ ਜੀ ਨੇ ਉੱਜੜ ਪਾ ਲੈ ਲਿਆ ਅਤੇ ਆਪਣੇ ਵਸਤਰ 'ਚ ਪਾ ਲਿਆ, ਲਕਸ਼ਮਣ ਜੀ ਨੂੰ ਦੇਤਾ। ਸ਼੍ਰੀ ਰਾਮ ਚੰਦਰ ਜੀ ਨੇ ਬੇਰ ਮੂੰਹ 'ਚ ਪਾਇਆ, ਇੱਕ ਦੋ ਚਾਰ ਲਕਸ਼ਮਣ ਦੇਖਣ ਲੱਗ ਗਏ ਬੇਰ ਨੂੰ। ਉਹਨੇ ਕੀ ਦੇਖਿਆ, ਹਰ ਬੇਰ ਦੇ ਉੱਤੇ ਆ ਲੱਗਿਆ ਹੋਇਆ ਦੰਦ, ਇੱਕ ਸੂਆ ਲੱਗਿਆ ਹੋਇਆ। ਨਹੀਂ ਕਹਿੰਦਾ ਝੂਠੇ ਬੇਰ ਲਿਆ ਜੀ, ਇਹਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਕਿੰਨੀ ਉੱਚੀ ਜਾਤ ਦੇ ਬੰਦੇ ਹਾਂ। ਕਹਿਣ ਲੱਗਾ ਮਹਾਰਾਜ ਬੇਰ ਸੋਚ ਕੇ ਖਾਓ, ਇਹ ਤਾਂ ਝੂਠੇ ਨੇ। ਕਹਿਣ ਲੱਗੇ ਲਕਸ਼ਮਣ ਤੈਨੂੰ ਪਿਆਰ ਦਾ ਨਹੀਂ ਪਤਾ ਹੈ, ਪਿਆਰ ਕੀ ਹੁੰਦਾ, ਪਿਆਰ ਦੇ ਵਿੱਚ ਕੋਈ ਵੀ ਨੇਮ ਨਹੀਂ ਹੋਇਆ ਕਰਦਾ ਕਿਸੇ ਕਿਸਮ ਦਾ, ਸਭ ਨੇਮ ਟੁੱਟ ਜਾਂਦੇ ਨੇ, ਤੂੰ ਇਹ ਆਨੰਦ ਨਹੀਂ ਜਾਣਦਾ। ਕਹਿੰਦੇ ਛਿਬਰੀ ਕਿੱਥੋਂ ਲਿਆਂਦੇ ਤੈਂ ਬੇਰ, ਇਹਦੇ 'ਚੋਂ ਅੰਮ੍ਰਿਤ ਦੀਆਂ ਘੁੱਟਾਂ ਭਰੀਆਂ ਜਾਂਦੀਆਂ, ਅੱਜ ਤੱਕ ਬੜੇ ਫਲ ਖਾਧੇ, ਬੇਰ ਵੀ ਖਾਧੇ, ਪਰ ਇਹੋ ਜਿਹੇ ਬੇਰ ਨਹੀਂ ਕਿਤੋਂ, ਕੀ ਬਾਤ ਆ ਇਹਨਾਂ 'ਚ। ਲਕਸ਼ਮਣ ਨੇ ਬੇਰ ਸੁੱਟਤੇ, ਐਸਾ ਦੱਸਦੇ ਨੇ ਵੀ ਕਿਸੇ ਪਹਾੜੀ 'ਤੇ ਜਾ ਕੇ ਉੱਥੇ ਸੰਜੀਵਨੀ ਬੂਟੀ ਜਿਹੜੀ ਇਹਨੂੰ ਬੇਹੋਸ਼ ਹੋਈ ਨੂੰ ਲਾਈ ਉਹੀ ਸੀ। ਉੱਥੋਂ ਚਲੇ ਗਏ ਜਾ ਕੇ, ਉਹਨਾਂ ਨੇ ਕਿਹਾ ਵੀ ਦੱਸੋ ਕੀ ਪ੍ਰੋਬਲਮ ਹੈ। ਜਿਸ਼ੀਆ ਨੇ ਕਿਹਾ ਮਹਾਰਾਜ ਆ ਸਰੋਵਰ ਦੇਖੋ, ਇਹੀ ਸਾਨੂੰ ਪਾਣੀ ਪੀਣ ਵਾਸਤੇ ਸੀ, ਇਹੀ ਇਸ਼ਨਾਨ ਕਰਨ ਵਾਸਤੇ, ਕਿੰਨਾ ਗੰਦਾ ਹੋ ਗਿਆ। ਕਹਿੰਦੇ ਸੰਤੋ ਫਿਰ ਇਹ ਤਾਂ ਸਖਾਲਾ ਹੀ ਸੀ, ਤੁਸੀਂ ਕਿੰਨੇ ਤਪੀ ਹੋ, ਕਿੰਨੇ ਜਪੀ ਹੋ, ਕਿੰਨੀ ਉੱਚੀ ਜਾਤਾਂ ਦੇ ਹੋ, ਕੋਈ ਤੁਹਾਡੇ 'ਚ ਬ੍ਰਾਹਮਣ ਹੈ ਕੋਈ ਛਤਰੀ ਹੈ, ਤੁਸੀਂ ਤਾਂ ਵੈਸੇ ਹੀ ਪਵਿੱਤਰ ਹੋ, ਤੁਸੀਂ ਆਪਣੇ ਚਰਨ ਪਾਉਣੇ ਸੀ ਇਹਦੇ 'ਚ, ਵਾਰੀ ਵਾਰੀ ਚਰਨ ਪਾਓ। ਸਾਰੇ ਰਿਸ਼ੀਆਂ ਨੇ ਚਰਨ ਪਾ ਲਏ, ਉਹ ਬਿਲਕੁਲ ਪਾਣੀ ਠੀਕ ਨਾ ਹੋਇਆ। ਕਹਿਣ ਲੱਗੇ ਮਹਾਰਾਜ ਤੁਹਾਨੂੰ ਲਿਆਂਦਾ ਸੀ ਤਾਂ ਤੁਸੀਂ ਚਰਨ ਪਾਓ। ਉਹਨਾਂ ਨੇ ਵੀ ਚਰਨ ਪਾ ਤੇ, ਲਕਸ਼ਮਣ ਜੀ ਨੇ ਵੀ ਪਾ ਤੇ, ਪਾਣੀ ਉਹ ਹਜੇ ਦਾ ਆ ਗਿਆ। ਕਹਿੰਦੇ ਵੀ ਹੁਣ, ਕਹਿਣ ਲੱਗੇ ਮਹਾਰਾਜ ਤੁਹਾਤੋਂ ਵੀ ਨਹੀਂ ਸਾਫ਼ ਹੋਏ। ਕਹਿੰਦੇ ਪਿਆਰੇ ਹੋ, ਸਾਤੋਂ ਵੱਡਾ ਸਾਡਾ ਪਿਆਰਾ ਹੁੰਦਾ ਜਿਹੜਾ ਸਾਨੂੰ ਪਿਆਰ ਕਰਦਾ, ਕੋਈ ਹੈ ਇੱਥੇ ਰਾਮ ਭਗਤ? ਹੁਣ ਉਹਨੂੰ ਤਾਂ ਦੇਖਣਾ ਪਸੰਦ ਨਹੀਂ ਸੀ ਕਰਦੇ ਵੀ ਛੋਟੀ ਜਾਤੀ ਹੈ, ਕੁੱਟੀ ਵਿਚਾਰੀ ਦੋ ਵਾਰੀ। ਰਾਮ ਚੰਦਰ ਜੀ ਕਹਿਣ ਲੱਗੇ ਜਾਓ, ਪਿਆਰ ਦੀ ਮੂਰਤ ਹੈ ਪਰਮੇਸ਼ਰ ਨਾਲ ਇੱਕ ਨੂੰ ਇੱਕ ਹੋਈ ਹੋਈ ਹੈ, ਬੜੀਆਂ ਮਿੰਨਤਾਂ ਕਰਕੇ ਲੈ ਕੇ ਆਏ। ਰਾਮ ਚੰਦਰ ਜੀ ਨੇ ਕਿਹਾ ਸ਼ਿਵਜੀ ਆ ਪਾਤਰ ਪਿਆ ਇਹਦੇ, ਤੂੰ ਆਪਣੇ ਚਰਨ ਧੋ ਦੇ। ਰਿਸ਼ੀਆਂ ਨੂੰ ਕਿਹਾ ਇਹ ਹੁਣ ਚੱਕ ਕੇ ਉਹਦੇ 'ਚ ਪਾ ਦਿਓ। ਬੜੀ ਸ਼ਰਮਿੰਦਗੀ ਆਈ, ਮਜਬੂਰੀ। ਕਹਿੰਦੇ ਗਾਉਂ ਪਨਾਵੇ ਜੋ ਭਾਵੇਂ ਗੋ ਗਿੱਲੇ ਹੀ ਹੋਣ, ਉਹ ਜਦ ਪਾਣੀ ਪਾਇਆ ਉਸੇ ਵੇਲੇ ਸਾਫ਼ ਹੋ ਗਿਆ ਸਾਰਾ, ਉਹ ਸਿਰ ਕੁੰਗੂ ਵਰਗਾ ਜਾ। ਹੁਣ ਹੋਇਆ ਕਿਉਂ ਇਹ ਹੋਇਆ? ਸਾਧੂ ਦੀ ਧੂੜ ਪੈ ਗਈ ਉਹਦੇ 'ਚ, ਜਿਹੜੀ ਹਰ ਵਕਤ ਪਰਮੇਸ਼ਰ ਨਾਲ ਜੁੜੀ ਰਹਿੰਦੀ ਸੀ। ਹੁਣੇ ਹੀ ਇਹਨਾਂ ਨੇ ਸ਼ਬਦ ਪੜ੍ਹਿਆ ਸੀ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਗਏ ਆ, ਉਹਦੀ ਧੂੜੀ ਪੈ ਗਈ। ਧੂੜੀ ਪੈਣ ਦੇ ਨਾਲ ਪਵਿੱਤਰ ਹੋ ਗਿਆ,
ਗੰਗਾ ਜਮਨਾ ਗੋਦਾਵਰੀ ਸਰਸਵਤੀ ਕਿੱਡੇ ਕਿੱਡੇ ਦੇਵ ਤੀਰਥਾਂ ਦੇ ਨੇ। ਮਹਾਰਾਜ ਕਹਿੰਦੇ ਤੇ ਕਰੇ ਉਦਮ ਧੂੜ ਸਾਧੂ ਕੀਤਾ ਹੈ, ਕਿਉਂ ਕਰਦੇ ਨੇ ਕਿਲ ਵਿਖ ਪੈ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਹੋਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮੈਂ ਇੱਕ ਦਾਨ ਮੰਗਦਾ, ਪਾਵੋ ਦਾਨ ਢੀਠ ਹੋਏ ਮੰਗੋ, ਮੈਂ ਢੀਠ ਹੋ ਕੇ ਮੰਗਦਾ ਐਵੇਂ ਆਮ ਮੰਗਦਾ ਨਹੀਂ ਹੈਗਾ। ਹੁਣ ਮੈਨੂੰ ਜਵਾਬ ਨਾ ਦਿਓ, ਮੁੱਖ ਲੱਗ ਕੇ ਸੰਤ ਰਹਿਣਾ, ਮੇਰੇ ਮੁੱਖ ਨਾਲ ਸੰਤੀ ਰਹਿਣ ਲੱਗਦਾ, ਮੇਰਾ ਆਧਾਰ ਹੋ ਜਾਵੇ। ਸਾਡੇ ਵਿੱਚ ਜਿਹੜਾ ਮੈਂ ਭਾਵ ਹੈ ਨਾ, ਇਹ ਸਾਨੂੰ ਤਰੱਕੀ ਨਹੀਂ ਕਰਨ ਦੇ ਰਿਹਾ। ਮੈਂ ਪਹਿਲਾਂ ਬੇਨਤੀ ਕਰੀ ਸੀ, ਆਪਾਂ ਸ਼ਬਦ ਤਾਂ ਪੜ੍ਹ ਲਿਆ, ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ। ਮੇਰੇ ਖਿਆਲ ਵਿੱਚ ਕੋਈ 5% ਸ਼ਾਇਦ ਐਗਰੀ ਕਰ ਗਿਆ ਹੋਵੇ, 95% ਅਸੀਂ ਰਿਜ਼ਰਵ ਰੱਖਿਆ ਹੋਇਆ ਵੀ ਸੱਚੇ ਪਾਤਸ਼ਾਹ ਤੇਰੇ ਗੋਲੇ ਬਣ ਕੇ ਧੱਗੇ ਹੈ। ਸਾਡਾ ਤਾਂ ਕੋਈ ਅਧਿਕਾਰ ਹੀ ਨਹੀਂ ਰਹਿਣਾ, ਮੰਗਣਾ ਹੀ ਕੁਛ ਨਹੀਂ, ਖਬਰ ਹੈ ਤੂੰ ਕਿੱਧਰ ਨੂੰ ਭੇਜ ਦੇਵੇਂ ਕੀ ਕਰਨੇ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਿੱਖ ਬਣ ਜਾਈਏ ਗੁਰੂ ਦੇ। ਉਹ ਕਹਿੰਦੇ ਜੇ ਤੂੰ ਮੇਰਾ ਬਣ ਜਾਵੇ ਨਾ, ਇਹਦੇ ਵਜਾਨੇ 'ਚ ਕੀ ਹੋਏਗਾ, ਸਹਿਜ ਸੁਭਾਅ ਸਾਰਾ ਸੰਸਾਰ ਤੇਰਾ ਹੋ ਜਾਊਗਾ। ਜੇ ਤੂੰ ਮੇਰਾ ਹੋਏ ਨੇ ਸਭ ਜਗ ਤੇਰਾ ਹੋਏ, ਪਰ ਉਹ ਜਿਹੜੀ ਮੇਰੀ ਮਾਇਆ ਉਹ ਛੱਡਣਾ ਨਹੀਂ ਚਾਹੁੰਦੇ। ਗੁਰੂ ਮਹਾਰਾਜ ਦੀ ਕਥਾ ਫਰਮਾਨ ਕਰ ਰਿਹਾ ਕਿ ਪਿਆਰਿਆ ਜੇ ਤਾਂ ਸਿੱਖੀ ਕਮਾਉਣੀ ਹੈ ਨਾ, ਤਾਂ ਉਹਦੇ ਵਾਸਤੇ ਤੂੰ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਲੈ, ਜੇ ਤਾਂ ਐਵੇਂ ਹੀ ਸਿੱਖ ਲੈਣਾ ਹੈ ਠੀਕ ਹੈ, ਬਹੁਤ ਵਧੀਆ ਹੈ ਵੀ, ਮਾੜਾ ਨਹੀਂ ਆਇਆ ਵੀ। ਪਰ ਜੇ ਤੂੰ ਸਿਰੇ ਜਾਣਾ ਚਾਹੁੰਦਾ ਨਾ, ਕੁਝ ਅਸੂਲ ਹੁੰਦੇ ਨੇ, ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਣਾ, ਸਾਬਰ ਸਿਰਕ ਸਰੀਰ ਭਰਮ ਭਉ ਖੋਵਣਾ, ਬੋਲਾ ਮੁੱਲ ਖਰੀਦ ਕਾਰੇ ਜੋੜਨਾ। ਮੁੱਲ ਖਰੀਦ ਹੈ ਜਿਹੜੇ ਕੰਮ ਨੂੰ ਕਹਿੰਦਾ ਉਹਦੇ 'ਤੇ ਲੱਗ ਗਿਆ। ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਣਾ, ਯਾਨੀ ਉਹਨੂੰ ਹੋਣਾ ਪੈਂਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ ਆਸ, ਹੋ ਸਭਨ ਕੀ ਰਹਿਣਕਾ ਤੋਵਾ ਹਮਾਰੇ ਪਾਸ, ਸਾਰਿਆਂ ਦੀ ਰਹਿਣਕਾ ਚਰਨਾਂ ਦੀ ਧੂੜ ਬਣ ਜਾ, ਫਿਰ ਆ ਪਿਆਰਿਆ ਪਹਿਲਾਂ ਮੈਂ ਮਾਰ ਲੈ। ਪਰ ਜੇ ਤੈਨੂੰ ਅਸੀਂ ਸਿਖਾਲਾ ਸਿਖਾਲਾ ਤਰੀਕਾ ਦੱਸਦੇ ਹਾਂ ਵੀ ਜੇ ਤੂੰ ਗੁਰੂ ਦੇ ਸਨਮੁੱਖ ਵੀ ਸਨਮੁੱਖ ਸਿੱਖ ਵੀ ਬਣ ਜਾਵੇ ਨਾ, ਤਾਂ ਵੀ ਤੇਰਾ ਗੁਰੂ ਨਾਲ ਸੰਬੰਧ ਜੁੜ ਜਾਏਗਾ। ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹੈ, ਸਾਰੇ ਬੋਲਿਆ ਕਰੋ ਭਾਈ।
ਗੁਰੂ ਛੇਤੀ ਸਨਮੁੱਖ ਹੋਵੇ, ਜੇ ਕੋ ਸਿੱਖ ਗੁਰੂ ਛੇਤੀ ਸਨਮੁੱਖ ਹੋਵੇ, ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰੂ ਨਾਨਕ। ਗੁਰ ਕੇ ਚਰਨ ਹਿਰਦੇ ਧਿਆਏ, ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਧਿਆਵੇ, ਅੰਤਰ ਆਤਮਾ ਸਵਾਲੇ, ਆਪ ਛੱਡ ਸਦਾ ਰਹੇ ਪਰਨਾ, ਗੁਰਬੇ ਨਵਰ ਨਾ ਜਾਣਾ ਕੋਈ, ਕਹਿ ਨਾਨਕ ਸੁਣੋ ਸੰਤੋ, ਕਹਿ ਨਾਨਕ ਆਪ ਛੱਡ ਸਦਾ ਰਹੇ ਪਰਨਾ, ਗੁਰਬੇ ਨਵਰ ਨਾ ਜਾਣਾ ਕੋਈ, ਕਹਿ ਨਾਨਕ ਸਦਾ ਸੰਤੋ ਸੋ ਸਿੱਖ ਸਨਮੁੱਖ ਹੋਏ। ਸਨਮੁੱਖ ਜਿਹੜਾ ਹੈ ਗੁਰੂ ਦੀ ਨਿਗਾਹ ਵਿੱਚ ਆਉਣ ਵਾਲਾ ਸਿੱਖ, ਉਹਦੇ 'ਚ ਆਪਣਾ ਆਪਾ ਨਹੀਂ ਹੁੰਦਾ। ਜਦੋਂ ਆਪਣਾ ਆਪਾ ਨਹੀਂ ਹੋਏਗਾ ਉਹਦੇ 'ਚ ਗੁਰੂ ਦਾ ਵਾਸਾ ਹੋ ਜਾਏਗਾ। ਜਦੋਂ ਗੁਰੂ ਵੱਜ ਗਿਆ ਫਿਰ ਸਿੱਖ ਦੀ ਪਦਵੀ ਕਿੱਡੀ ਕੁ ਉੱਚੀ ਹੋ ਗਈ। ਇਹ ਤਾਂ ਸਿੱਧਾ ਹੀ ਹੈ, ਸਵਾਲ ਇਹ ਹੈ ਇੱਕ ਗੁਰੂ ਵਸਾ ਲਿਆ ਅੰਦਰ, ਆਪ ਨਿਕਲ ਗਿਆ ਤਾਂ ਹੁਣ ਗੁਰੂ ਇਹ ਹੋ ਗਿਆ ਉਹਦੇ ਸਰੀਰ ਦੇ ਅੰਦਰ। ਦੁਨੀਆਂ ਦੇ ਅੰਦਰ ਉਹਦਾ ਕੁਛ ਕੋਈ ਵਿਗਾੜ ਨਹੀਂ ਸਕਦਾ। ਜਾਮ ਗੁਰੂ ਹੋਏ ਵੱਲ ਲੱਖ ਵਾਹ ਕਿਆ ਕੀ, ਜਾਂ ਲੱਖ ਵਾਹ ਵੀ ਕੁਛ ਨਹੀਂ ਕਰ ਸਕਦੀ ਜਿਹਦੇ ਵੱਲ ਹੋ ਜਾਵੇ, ਅਤੇ ਉਹਦੀ ਹਾਰ ਨਹੀਂ ਹੁੰਦੀ ਕਦੇ। ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਉਹ ਜਨ
ਸਦਾ ਪਗ ਜਵਾਨ ਹੈ ਹੁਣ ਤਿਸ ਨਮਸਕਾਰ। ਜਿਹਦਾ ਪੂਰਾ ਗੁਰੂ ਹੈ, ਸਰਬ ਕਲਾ ਸਮਰੱਥ ਗੁਰੂ ਹੈ, ਜੇ ਉਹ ਹਿਰਦੇ 'ਚ ਵਸਾ ਲਿਆ ਉਹ ਇਸ ਤਰ੍ਹਾਂ ਹੀ ਹੁੰਦਾ ਵੀ ਆਪਾਂ ਮੂਰਤ ਵਸਾ ਲਈ ਕਿਸੇ ਦੀ। ਜਦੋਂ ਗੁਰੂ ਹਿਰਦੇ 'ਚ ਵੱਸਦਾ ਸੱਚਿਓ ਹੀ ਗੁਰੂ ਵੱਸਦਾ, ਸੱਚਿਓ ਹੁੰਦਾ। ਗੁਰੂ ਅਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੋਇਆ ਕਰਦਾ। ਉਹਨੂੰ ਕਹਿਣਾ ਕੀ ਹੈ, ਲੰਮੇ ਅਰਦਾਸੇ ਨਹੀਂ ਗੁਰੂ ਮੰਗਦਾ, ਇੱਕ ਸੈਕਿੰਡ ਦੀ ਬਾਤ ਮੰਗਦਾ। ਸੈਕਿੰਡ ਵੀ ਇਹਦੇ ਜ਼ਿਆਦਾ ਹੈ ਤੂੰ ਵੀ ਘੱਟ, ਕਿਉਂਕਿ ਉਹਦੇ ਨਾਲ ਬਣਨੀ ਚਾਹੀਦੀ ਹੈ। ਉਹਦੀ ਫਿਰ ਹਾਰ ਨਹੀਂ ਕਦੇ ਵੀ ਹੋਇਆ ਕਰਦੀ। ਇੱਕ ਗੁਰਸਿੱਖ ਦੁਆਬੇ ਵਿੱਚ ਦਰਸ਼ਨ ਕਰਦੇ ਰਹਿਣ ਵਾਲਾ ਭਾਈ ਤਿਰਕੂ ਸੀ। ਗੁਰੂ ਪੰਜਵੇਂ ਪਾਤਸ਼ਾਹ ਵੇਲੇ ਮਾਝਾ ਵੀ, ਦੁਆਬਾ ਵੀ ਅਤੇ ਮਾਲਵਾ ਵੀ, ਇਹ ਸਾਰੇ ਮੁਸਲਮਾਨ ਪੀਰਾਂ ਨੂੰ ਮੰਨਦੇ ਸੀ। ਇਹਨਾਂ ਵਿੱਚੋਂ ਲਾਲਾ ਵਾਲਾ ਸਭ ਤੋਂ ਬੜਾ ਮਸ਼ਹੂਰ ਸੀ। ਲਾਲਾ ਵਾਲੇ ਤਾਂ ਸਾਡੇ ਪਿੰਡ ਕਿੱਥੇ ਨੇ, ਇੱਥੇ ਵੀ ਬਣੇ ਹੋਏ ਨੇ, ਉਹਦੇ ਬਿਨਾਂ ਤਗੀਏ ਬਣੇ ਹੋਏ ਨੇ, ਥਾਂ ਥਾਂ ਬਣੇ ਪਏ ਨੇ ਪੰਜਾਬ ਭਰ 'ਚ। ਉੱਥੇ ਜਾਣਾ, ਉੱਥੇ ਮੱਥੇ ਟੇਕਣੇ, ਉੱਥੇ ਸਾਰਾ ਕੁਛ ਕਰਨਾ, ਭਰਾਈ ਨੇ ਉੱਥੇ ਰੋਟ ਪਕਾਉਣਾ, ਉਹਨੂੰ ਮੂੰਹ ਲਾ ਕੇ ਕੱਟਣਾ, ਉਹਨੂੰ ਕਹਿੰਦੇ ਸੀ ਹੁਣ ਭੋਗ ਲੱਗ ਗਿਆ ਵੀ ਇਹਨੂੰ, ਫਿਰ ਉਹ ਸਾਡੇ ਬਜ਼ੁਰਗਾਂ ਨੂੰ ਦਿੰਦੇ ਸੀ, ਉਹ ਖਾਂਦੇ ਸੀ। ਉਹ ਇਸ ਤਰ੍ਹਾਂ ਸੀ, ਗੱਜਦੇ ਸੀ। ਗੁਰੂ ਕੁਛ ਹੋਰ ਦੱਸ ਰਹੇ ਸੀ, ਉਹ ਸਿੱਧਾ ਹੀ ਕਹਿ ਰਹੇ, ਤੁਹਾਡੀ ਮੱਝਾਂ ਬਹੁਤ ਹੋਣਗੀਆਂ, ਗਾਈਆਂ ਹੋਣਗੀਆਂ, ਪੁੱਤਰ ਹੋਣਗੇ, ਫਲਾਣਾ ਹੋ। ਜੇ ਬਿਮਾਰ ਹੋ ਗਿਆ ਤਾਂ ਕਹਿੰਦੇ ਸੀ ਪੀਰ ਨਾਰਾਜ਼ ਹੋ ਗਿਆ, ਵਹਿਮ ਪ੍ਰਸਤੀ ਹੱਦ ਤੋਂ ਜ਼ਿਆਦਾ ਸੀ। ਇਹ ਜਿਹੜਾ ਗੁਰਸਿੱਖ ਸੀ, ਇਹਨੇ ਸਿੱਖੀ ਧਾਰਨ ਕਰ ਲਈ। ਟਾਵੇਂ ਟਾਵੇਂ ਸਿੱਖ ਹੁੰਦੇ ਸੀ ਪਿੰਡਾਂ 'ਚ, ਦੋ ਹੋਏ ਕਿਸੇ, ਚਾਰ ਹੋਏ ਕਿਸੇ, ਪੰਜ ਹੋਏ, ਦਿਖੇ ਹੋਏ ਨੇ ਇਤਿਹਾਸ 'ਚ, ਬਹੁਤੇ ਨਹੀਂ ਸੀ ਵੀ ਪਿੰਡਾਂ ਦੇ ਪਿੰਡ ਸਿੱਖ ਸੀਗੇ। ਇਹ ਸਾਰੇ ਸਰਬਰੀਏ ਸਾਰੇ ਸੀ। ਇਸੇ ਪਿੰਡ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ। ਇਹ ਆਪਣਾ ਨਾਮ ਜਪਦਾ ਸੀ ਵਿਚਾਰਾ, ਭਾਈ ਤਿਰਕੂ ਬੰਦਗੀ ਕਰਦਾ ਸੀ, ਗੁਰੂ ਦੀ ਸਿੱਖੀ ਕਮਾ ਰਿਹਾ ਸੀ ਸੱਚੇ ਦਿਲ ਦੇ ਨਾਲ। ਗੁਰੂ ਦੇ ਇਹਦੇ 'ਚ ਰਹਿੰਦਾ ਸੀ, ਇਹ ਗੁਰੂ ਦੇ ਵਿੱਚ ਰਹਿੰਦਾ ਸੀ ਹਰ ਵਕਤ। ਉਹ ਜਿਹੜਾ ਜੋਗੀ ਸੀ ਉਹਨੇ ਸਮਾਧੀ ਲਾਈ ਹੋਈ ਸੀ। ਸਮਾਧੀਆਂ 6-6 ਮਹੀਨੇ ਦੀਆਂ ਵੀ ਲੱਗ ਜਾਂਦੀਆਂ, ਸਾਲ ਦੇ। ਗੁਰੂ ਦਸਵੇਂ ਪਾਤਸ਼ਾਹ ਨੇ ਜੋਗੀਪੁਰੇ ਇੱਕ ਜੋਗੀ ਦੇ ਨਾਲ ਵਚਨ ਕੀਤੇ ਸੀ। ਮਹਾਰਾਜ ਨੇ ਦੱਸਿਆ ਵੀ 5,100 ਸਾਲ ਇਹਦੀ ਉਮਰ ਹੈ, ਇੰਨੀਆਂ ਇੰਨੀਆਂ ਲੰਬੀਆਂ ਸਮਾਧੀਆਂ ਲਾ ਲੈਂਦੇ ਸੀ। ਗੁਰੂ ਪੰਜਵੇਂ ਪਾਤਸ਼ਾਹ ਨੇ ਸੰਤੋਖ ਸਰ ਦੇ ਵਿੱਚੋਂ ਜਿਹੜਾ ਜੋਗੀ ਕੱਢਿਆ, ਉਹ ਮਾਂ ਉਹਦਾ ਕਾਰੋਬਾਰ ਲਹੂ ਅਰ ਕਸ਼ੂ ਦਾ ਦੁੱਧ ਦੇਖ ਕੇ ਬੈਠਾ ਸੀ ਰਾਵੀ ਦੇ ਕੰਢੇ। ਰਾਵੀ ਕਿਤੇ ਦੀ ਕਿਤੇ ਗਈ, ਕਿੰਨੀ ਮਿੱਟੀ ਪੈ ਗਈ, ਉਹਦਾ ਮੱਠ ਥੱਲੇ ਹੀ ਆਇਆ। ਕਹਿੰਦਾ ਮੈਂ ਉੱਪਰ ਰੱਖਿਆ ਸੀਗਾ ਆਪਣਾ ਮੱਠ, ਉੱਤੇ ਬਣਾਇਆ। ਇਹਨੇ ਵੀ ਸਮਾਧੀ ਲਾਈ ਗਈ ਸੀ। ਜਦ ਸਮਾਧੀ ਖੁੱਲ੍ਹੀ
ਪਿੰਡਾਂ ਦੇ ਲੋਕ ਵਹੀਰਾਂ ਕੱਟ ਕੇ ਚੱਲ ਪਏ। ਉਹਦੇ ਨਾਲ ਇਹ ਕਹਿੰਦਾ ਵੀ ਜਿਹੜਾ ਮੇਰੇ ਦਰਸ਼ਨ ਕਰ ਲੂ ਇੰਨੇ ਦਿਨਾਂ ਦੇ ਅੰਦਰ ਅੰਦਰ, ਉਹਨੂੰ ਇੱਕ ਸਾਲ ਦਾ ਮੈਂ ਸੁਰਗ ਦਵਾਉਂਗਾ। ਜਦ ਸਾਰੇ ਚਲੇ ਗਏ ਕਹਿੰਦਾ ਵੀ ਕੋਈ ਰਹਿ ਤਾਂ ਨਹੀਂ ਗਿਆ? ਕਹਿੰਦੇ ਜੀ ਇੱਕ ਰਹਿ ਗਿਆ। ਕਹਿੰਦੇ ਉਹ ਕੌਣ ਹੈ? ਕਹਿੰਦੇ ਭਾਈ ਤਿਲਕੂ ਹੈ। ਉਹਨੂੰ ਕਹੋ। ਕਹਿੰਦੇ ਜੀ ਉਹ ਨਹੀਂ ਆਉਂਦਾ, ਗੁਰੂ ਦਾ ਸਿੱਖ ਹੈ। ਉਹ ਕਹਿੰਦਾ ਗੁਰੂ ਦੇ ਸਿੱਖ ਨੂੰ ਕਿਹੜਾ ਵੱਢਦਾ ਸੁਰਗ? ਸੁਰਗ ਤਾਂ ਅੱਛੀ ਚੀਜ਼ ਹੈ ਜੀ, ਦਿੰਦਾ ਮੈਂ, ਨਰਕ ਤਾਂ ਨਹੀਂ ਦੇ ਰਿਹਾ। ਜਾਓ ਉਹਨੂੰ ਕਹਿੰਦਾ 2 ਸਾਲ ਦਾ ਮਿਲੂਗਾ। ਉਹ ਜਾ ਕੇ ਕਿਹਾ, ਉਹ ਕਹਿੰਦਾ ਵੀ ਮੈਨੂੰ ਨਹੀਂ ਇਹ ਚੀਜ਼ਾਂ ਚਾਹੀਦੀਆਂ। ਇਹ ਤਾਂ ਇਹ ਹੈ ਜਿਵੇਂ ਇੱਕ ਬਹੁਤ ਵੱਡੇ ਅਮੀਰ ਆਦਮੀ ਨੂੰ ਛੋਟੀ ਜਿਹੀ ਗੱਲ ਕਹੋ, ਕੋਈ ਨਿੱਕੀ ਜਿਹੀ ਗੱਲ, ਵੀ ਤੈਨੂੰ ਆ ਦਿੰਦੇ ਹਾਂ ਅਸੀਂ, ਸਾਡੇ ਕੋਲ ਤਾਂ ਬਹੁਤ ਵੱਡੀਆਂ ਚੀਜ਼ਾਂ ਨੇ, ਅਸੀਂ ਕੀ ਕਰਨਾ ਸੁਰਗਾਂ 'ਤੇ ਨਰਕਾਂ 'ਤੇ। ਉਹ ਜਦ ਉਹਨੂੰ ਜਾ ਕੇ ਦੱਸਿਆ, ਉਹਨੇ ਕਿਹਾ ਵੀ ਹੋਰ ਦੇ ਦਿਉ, 1 ਸਾਲ 3 ਸਾਲ ਕਰ ਦਿਉ, 5 ਸਾਲ ਤੱਕ ਜਾ ਪਹੁੰਚਿਆ। ਫਿਰ ਜਦ ਨਾ ਆਇਆ, ਕਹਿੰਦਾ ਚੰਗਾ ਮੈਂ ਦਿਖਾਉਣਾ ਇਹਨੂੰ ਸਿੱਖੀ ਦਾ ਸਵਾਲ। ਉਹਨੇ ਕਾਲੀਆਂ ਸ਼ਕਤੀਆਂ ਵਰਸ਼ ਕਰੀਆਂ ਹੋਈਆਂ ਸੀ, ਕਿਉਂਕਿ ਸਾਰੀਆਂ ਸ਼ਕਤੀਆਂ ਹੈਗੀਆਂ ਸਾਧਨ ਜੀ, ਭੂਤ ਵੀ ਨੇ, ਪ੍ਰੇਤ ਵੀ ਨੇ, ਪਤਾ ਨਹੀਂ ਕੀ ਕੀ, ਆਪਾਂ ਦੇਖੇ ਨਹੀਂ ਕਦੇ, ਸੁਣਦੇ ਆ ਅਸੀਂ। ਪੰਜਾਬ 'ਚ ਵਿਘਨ ਪਾਈ ਜਾਂਦਾ, ਪਿੰਡ 'ਚ ਵਿਘਨ ਪਾਏ ਜਾਂਦੇ ਨੇ, ਇੱਥੇ 3 ਪਿੰਡਾਂ ਦਾ ਤਾਂ ਮੈਨੂੰ ਪਤਾ। ਮੇਰੇ ਦੀਵਾਨ ਲੱਗੇ ਹੋਏ ਸੀ ਇੱਧਰ ਕਿਸ਼ਨਗੜ੍ਹ, ਉੱਥੇ ਇੱਕ ਪ੍ਰੇਮੀ ਆਏ, ਸਰਪੰਚ ਸਾਰੀ ਪੰਚਾਇਤ ਆਈ, ਕਹਿੰਦੇ ਜੀ ਸਾਡੇ ਪਿੰਡ ਨੂੰ ਬਚਾ ਲਵਾਂ, ਤੁਹਾਡੇ ਪਿੰਡ ਨੂੰ ਕੀ ਹੋ ਗਿਆ? ਕਹਿੰਦੇ ਹਰ ਸ਼ੁੱਕਰਵਾਰ ਇੱਥੇ 18 ਤੋਂ 22 ਸਾਲ ਦਾ ਮੁੰਡਾ ਮਰ ਜਾਂਦਾ, ਹੁਣ 7ਵਾਂ ਮਰ ਚੁੱਕਿਆ, 8ਵੇਂ ਦੀ ਵਾਰੀ। ਮਕਾਨ ਸਾਰੇ ਘਰ ਘਰ ਮਕਾਨ ਉੱਥੇ ਨਹੀਂ, ਵੀ ਇਹ ਤਾਂ ਪਹਿਲਾਂ ਕੁਛ ਹੋਣਾ ਚਾਹੀਦਾ। ਇਹਨਾਂ ਨੂੰ ਇੱਕ ਹੋਰ ਆ ਗਏ, ਪਰੇ ਪਿੰਡ ਬੁਰਜ ਸੀ। ਮੈਂ ਤੁਹਾਨੂੰ ਕੀ ਹੋਇਆ? ਕਹਿੰਦਾ ਜੀ ਪਤਾ ਨਹੀਂ ਕੀ ਹੋਇਆ ਹੋਇਆ, ਸਾਡੇ ਸਭ ਤੋਂ ਪੜ੍ਹਿਆ ਹੋਇਆ ਜਿਹੜਾ ਬੰਦਾ ਸ਼ਨਿਚਰਵਾਰ ਨੂੰ ਮਰ ਜਾਂਦਾ, ਹੁਣ 8ਵੇਂ ਦੀ ਵਾਰੀ ਹੈ, ਮੈਂ 8ਵੇਂ ਦੀ ਇੱਧਰ, 8ਵੇਂ ਦੀ ਤੁਹਾਡੀ ਇੱਧਰ, ਇਹ ਕੀ ਹੋ ਗਿਆ ਤੁਹਾਡੇ ਲੋਕਾਂ ਨੂੰ? ਤੁਸੀਂ ਗੁਰੂ ਨੂੰ ਛੱਡ ਬੈਠੇ, ਤੁਹਾਡਾ ਰਾਖਾ ਕੋਈ ਨਹੀਂ ਹੈ, ਇਹ ਮਾੜੇ ਮਾੜੇ ਭੂਤ ਪ੍ਰੇਤ ਜਿਹੇ ਆ ਕੇ ਤੁਹਾਨੂੰ ਤੰਗ ਕਰੀ ਜਾਂਦੇ ਨੇ, ਤੁਹਾਡਾ ਵਾਰਸ ਨਹੀਂ ਨਾ ਕੋਈ ਹੈ। ਕਹਿੰਦੇ ਕੀ ਕਰੀਏ? ਉਹ ਪੜ੍ਹਿਆ ਹੋਇਆ ਤਾਂ ਮੈਂ ਕਿਹਾ ਤੁਸੀਂ ਹੁਣੇ ਜਾ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਓ, ਪਿੰਡ 'ਚੋਂ ਜਰਦਾ ਕੱਢ ਦਿਉ। ਇੱਥੇ ਜਰਦਾ ਆਮ ਹੀ ਖਾਂਦੇ ਸੀ, ਜਿਵੇਂ ਘਿਓ ਖਾਂਦੇ ਹਾਂ ਆਪਾਂ, ਹਰੇਕ ਖਾਂਦਾ ਸੀ, ਹੱਥਾਂ ਗਿਆ ਅਤੇ ਮਲੀ ਜਾਂਦੇ ਸੀ, ਖਾਈ ਜਾਂਦੇ ਸੀ। ਕੁਰਬਾਨਾ ਵਾਲੇ ਵੀ ਮੈਂ ਦੇਖਿਆ, ਤੁਹਾਡਾ ਵੀ ਬੇੜਾ ਗਰਕ ਹੋ ਗਿਆ, ਤੁਸੀਂ ਤਾਂ ਕੁਰਬਾਨਾ ਪਾਈ ਹੈ, ਤੰਬਾਕੂ ਇਹਦੇ 'ਚ ਖਾਂਦਾ ਹੀ ਸਹਿਜ ਨਾਲ ਹੀ ਖਾਂਦੇ ਸੀ, ਕੋਈ ਐਸੀ ਬਾਤ ਨਹੀਂ ਸੀ। ਮੈਂ ਕਿਹਾ ਉਹ ਕੱਢ ਦਿਉ, ਆਂਡੇ ਬਾਹਰ ਕੱਢ ਦਿਉ, ਮੁਰਗੇ ਮਰਗੇ ਦੇ ਵੇਚ ਦਿਉ, ਫਟਾਫਟ ਦੇ ਦਿਉ, ਜਿੱਥੇ ਦਿੰਦੇ ਛੱਡ ਦਿਉ ਖੇਤਾਂ 'ਚ, ਜਾਓ ਗੁਰਦੁਆਰੇ, ਉੱਥੇ ਜਾ ਕੇ ਕਹੋ ਵੀ ਹੇ ਸੱਚੇ ਪਾਤਸ਼ਾਹ, ਤੂੰ ਤੇਰੇ ਤੋਂ ਵੱਡਾ ਕੋਈ ਨਹੀਂ, ਤੂੰ ਵਿਚਾਰ ਸਕਦਾ, ਅਸੀਂ ਤੇਰੇ ਅੱਜ ਤੋਂ ਬਾਅਦ ਪਾਠ ਸ਼ੁਰੂ ਕਰ। ਇੱਧਰਲਿਆਂ ਨੂੰ ਮੈਂ ਕਿਹਾ ਵੀ ਤੂੰ ਸਰਪੰਚ ਬੜਾ ਜ਼ਿਆਦਾ ਖਾਂਦਾ ਸੀ, ਮੈਂ ਤੂੰ ਅੰਮ੍ਰਿਤ ਛਕਿਆ? ਕਹਿੰਦਾ ਹਾਂ ਵੀ
ਮੈਂ ਤੂੰ ਜ਼ਿਆਦਾ ਖਾਂਦਾ, ਕਹਿੰਦਾ ਮੈਂ ਇਕੱਲਾ ਤਾਂ ਨਹੀਂ, ਮੇਰੇ ਨਾਲ ਪਾਰਟੀ ਸੀ, ਕਹਿੰਦੇ ਰਾਤ ਅਸੀਂ ਇਹ ਵਾਹਣ 'ਚ ਬੈਠੇ ਖਾਈਦੇ, ਇੰਨਾ ਸ਼ਰਾਬ ਪੀ ਕੇ ਵੀ ਅੱਜ ਦਾ ਦਿਨ ਹੈ ਸ਼ਰਾਬ, ਫਿਰ ਤਾਂ ਅੰਮ੍ਰਿਤ ਛੱਕ ਲੈਣਾ, ਨਾ ਜ਼ਿਆਦਾ ਮਿਲਣਾ ਨਾ ਸ਼ਰਾਬ ਮਿਲਣੀ। ਮੈਂ ਤੁਹਾਡੇ ਪਿੰਡ ਦੇ ਉੱਤੇ ਆ ਭਾੜਾ ਵਰਤ ਰਿਹਾ, ਸੌਦਾ ਕਰ ਰਿਹਾ ਗੁਰੂ ਨਾਲ, ਜਾਓ ਜਾਓ ਸਾਰਾ ਪਿੰਡ ਇਸ਼ਨਾਨ ਕਰੋ, ਇਸ਼ਨਾਨ ਕਰਕੇ ਕੱਢ ਦਿਓ ਚੀਜ਼ਾਂ, ਗੁਰਦੁਆਰੇ ਚਲੇ ਜਾਓ ਸਾਰੇ, ਅਤੇ ਗੁਰੂ ਮਹਾਰਾਜ ਨੂੰ ਕਹੋ ਵੀ ਸੱਚੇ ਪਾਤਸ਼ਾਹ ਹੁਣ ਸਾਡੀ ਸਹਾਇਤਾ ਕਰ ਦੇ। ਉਹ ਦੋਵਾਂ ਪਿੰਡਾਂ 'ਚ ਪਾਠ ਅਸੀਂ ਕਰੇ, ਉੱਥੇ ਕੀਰਤਨ ਕਰਿਆ, ਕੀਰਤਨ ਤਿੰਨ ਪੰਜ ਦਿਨ ਦਾ ਹੁੰਦਾ ਸੀ, ਤਿੰਨ ਦਿਨ ਸਾਡਾ ਕੀਰਤਨ ਹੀ ਨਹੀਂ ਹੋਣ ਦਿੱਤਾ, ਸ਼ਾਮੇ ਨਹੀਂ ਪੜ੍ਹਦੇ ਸਾਰੇ, ਨਾ ਮੈਨੂੰ ਜਾਣ ਦੇਵੇ ਦੂਰ ਦੂਰ, ਉਹ ਥੋੜ੍ਹਾ ਜਿਹਾ ਥਾਂ ਉੱਥੇ ਹੀ ਦਰਖਤ ਟੁੱਟ ਟੁੱਟ ਗਿਰੀ ਜਾਣ। ਇਹਨਾਂ ਦਾ ਵੀ ਹੋ ਗਿਆ, ਦੋਵੇਂ ਪਿੰਡ ਅੱਜ ਤਾਈਂ ਠੀਕ ਨੇ, ਪਰ ਮਿਲਿਆ ਕਦੇ ਕੋਈ ਨਹੀਂ। ਇੱਕਾ ਤੁਹਾਡੇ ਕੋਲ ਆ ਪਿੰਡ ਬਟੇਲਾ, ਇੱਥੇ ਜਿਹਦਾ ਮੰਗਣਾ ਹੋ ਜਾਂਦਾ ਸੀ ਮਰ ਜਾਂਦਾ ਸੀ, 13 ਮੁੰਡੇ ਮਰ ਚੁੱਕੇ ਸੀ, ਮੰਗਣਾ ਹੋਣ 'ਤੇ ਹਟ ਗਿਆ ਪਿੰਡ 'ਚ। ਉਹ ਪਿੰਡ ਦੇ ਲੋਕ ਆਏ, ਮੈਂ ਸਾਰੇ ਆਓ, ਪਿੰਡ 'ਚ ਪਾਰਟੀ ਬਾਜੀ ਵੀ ਸੀ, ਉਹ ਫਿਰ ਸਾਰੇ ਇਕੱਠੇ ਹੋ ਕੇ ਆਏ। ਮੈਂ ਕਿਹਾ ਤੁਸੀਂ ਐਂ ਕਰੋ, ਗੁਰੂ ਮਹਾਰਾਜ ਦਾ ਲੜ ਫੜੋ ਸਾਰੇ, ਅਖੰਡ ਪਾਠ ਹੋਏਗਾ, ਵਿਧੀ ਨਾਲ ਹੋਏਗਾ, ਉਹਦੇ ਬਾਅਦ ਮਹਾਰਾਜ ਦੇ ਸਾਹਮਣੇ ਕਿਹਦੀ ਤਾਕਤ ਹੈ ਭੂਤ ਪ੍ਰੇਤ ਦੀ ਵੀ ਤੁਹਾਡੇ ਬੰਦਿਆਂ ਨੂੰ ਮਾਰ ਦੇਵੇ, ਚਾਹੇ ਰੋਜ਼ ਹੀ ਮੰਗਣੇ ਕਰੇ ਜੇ, ਉਹ ਕੁਛ ਨਹੀਂ ਹੋਣਾ। ਉਹ ਅਖੰਡ ਪਾਠ ਹੋਇਆ, ਅਰਦਾਸ ਹੋਈ ਵਿਧੀ ਦੇ ਨਾਲ, ਹਾਲ ਤੱਕ ਬੜਾ ਸੋਹਣਾ ਪਿੰਡ ਵੱਸਦਾ। ਇਹ ਚੀਜ਼ਾਂ ਮੈਂ ਤਾਂ ਦੱਸਿਆ ਵੀ ਇਹ ਇੱਕ ਤਾਂ ਦੁਨੀਆ ਆਪਣੀ ਹੈ, ਇੱਕ ਦ੍ਰਿਸ਼ਟ ਦੁਨੀਆ ਬਹੁਤ ਤੁਰੀ ਫਿਰਦੀ ਹੈ, ਭੂਤ ਪ੍ਰੇਤ ਜੇ, ਰਾਕਸ਼ਸ, ਦੈਂਤ, ਬਹੁਤ ਕੁਛ ਹੈ, ਦੇਵਤੇ ਵੀ ਨੇ। ਇਹ ਆਦਮੀ ਨੂੰ ਪੈਂਦੇ ਨੇ ਜਿਹਦਾ ਕੋਈ ਬਾਲੀ ਵਾਰਸ ਨਾ ਹੋਵੇ, ਜਿਹਦਾ ਬਾਲੀ ਵਾਰਸ ਗੁਰੂ ਹੈ ਉੱਥੇ ਨਹੀਂ ਆਉਂਦੇ। ਇਹ ਜੋਗੀ ਨੇ ਕਿਹਾ ਵੀ ਮੈਂ ਕਾਲੀਆਂ ਸਰਦੀਆਂ ਛੱਡ ਕੇ ਉਹਨੂੰ ਇੱਥੇ ਆਪਣੇ ਚਰਨੀ ਮੰਗਾਉਂ। ਉਹ ਕਹਿੰਦੇ ਜੀ ਗੁਰੂ ਦਾ ਸਿੱਖ ਹੈਗਾ ਤਾਂ ਕਿ ਮੇਰੀ ਤਾਕਤ ਕਿਤੇ ਥੋੜ੍ਹੀ ਹੈ, ਦੋ ਦੋ ਸਾਲ ਦੀ ਸਮਾਧੀ ਲਾਉਂਦਾ, ਫਿਰ ਮੈਂ ਕਿੰਨੇ ਵਸ ਕਰੇ ਹੋਏ ਨੇ, ਵੀਰ ਵਸ ਕਰੇ ਹੋਏ ਨੇ, ਪ੍ਰੇਤ ਵਸ ਕਰੇ ਹੋਏ ਨੇ, ਉਹਨੇ ਛੱਡਣੀਆਂ ਸ਼ੁਰੂ ਕਰਤੀਆਂ। ਭਾਈ ਤਿਲਕੂ ਨੇ ਦੇਖਿਆ ਵੀ ਦਰਵਾਜ਼ੇ ਖੜਕੇ ਨੇ, ਧੱਕਾ ਜਿਹਾ ਲੱਗਿਆ ਵੀ ਇਹਦਾ ਉਲਟੀਆਂ ਗੱਲਾਂ 'ਤੇ ਉੱਤਰਿਆ। ਹੁਣ ਗੁਰਸਿੱਖ ਕੋਲ ਕਿਹੜੀ ਚੀਜ਼ ਹੈ ਜਿਹੜੀ ਰਾਖੀ ਕਰੇ? ਕਹਿੰਦਾ ਦਿੰਦੇ ਨੇ ਅਗਲੇ ਵਧੀ ਪਾਠ ਕਰਾਉਂਦੇ ਨੇ, ਫਲਾਣਾ ਕਰਦੇ ਨੇ, ਵੀ ਅਸੀਂ ਜਾਈਏ ਕਿੱਥੇ, ਕੋਈ ਸਾਡਾ ਬਾਲੀ ਵਾਸਤਾ ਹੋਵੇ ਜਿਹਦੇ ਨਾਲ ਸਾਨੂੰ ਤਸੱਲੀ ਆਵੇ। ਸਾਡੇ ਉੱਤੇ ਵੀ ਵਿਘਨ ਆਉਂਦੇ ਨੇ, ਸਾਡੇ ਉੱਤੇ ਵੀ ਜਾਦੂ ਟੂਣੇ ਕਰ ਦਿੰਦੇ ਨੇ, ਖਿਲਾ ਦਿੰਦੇ ਨੇ, ਉਲਟ ਪੁਲਟ ਹੋ ਜਾਂਦੇ ਨੇ, ਵੀ ਸਾਡਾ ਕੋਈ ਰਾਖਾ ਦਾ ਹੈ? ਮਹਾਰਾਜ ਕਹਿੰਦੇ ਤੁਹਾਡਾ ਰਾਖਾ ਨਾ ਗੁਰੂ ਹੈ, ਜੇ ਤੁਹਾਡੀ ਗੁਰੂ ਨਾਲ ਬਣ ਜਾਵੇ। ਗੁਰੂ ਕੋਲ ਐਸੀ ਚੀਜ਼ ਹੈ, ਉਹਨੂੰ ਕਹਿੰਦੇ ਨੇ ਨਾਮ। ਉਹ ਨਾਮ ਦੇ ਦਿੰਦਾ, ਨਾਮ ਦੇ ਕੋਲ ਕੋਈ ਚੀਜ਼ ਨਹੀਂ ਆ ਸਕਦੀ, ਨਾ ਕੋਈ ਭੂਤ, ਨਾ ਕੋਈ ਪ੍ਰੇਤ, ਨਾ ਕੋਈ ਡੈਣ, ਕੋਈ ਕਿਸੇ ਦੀ ਤਾਕਤ ਨਹੀਂ ਹੈ ਵੀ ਨੇੜੇ ਆ ਜਾਵੇ। ਜਜ਼ਬਾਤ ਉਹਨੇ ਕਰਿਆ, ਹੁਣ ਸਿੱਖ ਦਾ ਰਹਿੰਦਾ ਹੀ ਨਾਮ ਵਿੱਚ ਹੈ, ਅੰਤਰਮੁੱਖ ਹੋ ਗਿਆ। ਉਹ ਗੁਰੂ ਸਿੱਖ ਦੀ ਸੁਰਤ ਕਿੱਥੇ ਜਾਂਦੀ ਹੈ? ਅੰਤਰਮੁੱਖ ਹੋ ਜਾਂਦੀ, ਸਿੱਧੀ ਵਾਹਿਗੁਰੂ ਜਾਂਦੀ, ਵਾਹਿਗੁਰੂ ਬਾਹਰ ਨਹੀਂ ਹੈਗਾ। ਇੱਕ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ ਨੇ ਜਿਹੜੀਆਂ ਮੈਂ ਛੇੜਨੀਆਂ,
ਉਹ ਯਾਰ ਸਾਡੇ ਸਰੀਰ ਦੇ ਅੰਦਰ ਦੋ ਆਕਾਸ਼ ਨੇ, ਇੱਕ ਤਾਂ ਹੈਗਾ ਇਹਨੂੰ ਹਿਰਦਾ ਆਕਾਸ਼ ਕਹਿੰਦੇ ਨੇ ਇਹ, ਇੱਕ ਇੱਥੇ ਹੈ ਛੋਟਾ ਜਿਹਾ ਦਸਵੇਂ ਦੁਆਰੇ ਦੇ ਨਾਲ ਲੱਗਦਾ ਜੀ, ਉਸ ਨੂੰ ਕਹਿੰਦੇ ਨੇ ਸੱਤ ਦਾ ਆਸਣ। ਮਾਇਆ ਜਲ ਖਾਈ ਪਾਣੀ ਘਰ ਬੰਨਿਆ ਸੱਤ ਕੇ ਆਸਣ ਪੁਰਖ ਰਹੇ, ਉੱਥੇ ਵਾਹਿਗੁਰੂ ਰਹਿੰਦਾ ਹਰੇਕ ਦੇ ਅੰਦਰ। ਥੋੜ੍ਹੇ ਜਿੰਨੇ ਤੁਸੀਂ ਬੈਠੇ ਹੋ ਬੀਬੀਆਂ ਪਾਈ, ਇਹ ਗੱਲ ਤੋਂ ਬੀਬੀਆਂ ਹੋ, ਅੰਦਰ ਨਿਵਾਸ ਰੱਖਦਾ ਹਰੇਕ ਦੇ ਅੰਦਰ। ਕਾਇਆ ਨਗਰ, ਕਾਇਆ ਨਗਰ ਹੈ, ਨਗਰ ਗੜ੍ਹ ਅੰਦਰ ਇਹਦਾ ਜਿਹੜਾ ਕਿਲ੍ਹਾ ਹੈ ਨੌ ਦਰਵਾਜ਼ੇ ਵਾਲਾ ਸਾਚਾ ਪਾਤਸ਼ਾਹ, ਇਹਦੇ 'ਚ ਵਾਹਿਗੁਰੂ ਵੱਸਦਾ। ਕਿੱਥੇ? ਇਹ ਹਿਰਦੇ ਆਕਾਸ਼ 'ਚ ਵੱਸਦਾ ਸਾਚਾ ਪਾਤਸ਼ਾਹ। ਉਹਦਾ ਨਾਮ ਮਹਾਰਾਜ ਨੇ ਰੱਖਿਆ ਪੁਰ ਗਗਨ ਅੰਦਰ। ਗਗਨ ਕਹਿੰਦੇ ਨੇ ਸਮਾਨ ਨੂੰ, ਉਹ ਸਮਾਨ ਦੇ ਵਿੱਚ ਵਾਹਿਗੁਰੂ ਰਹਿੰਦਾ ਤੁਹਾਡੇ ਅੰਦਰ। ਅੰਤਰ ਕੋਟ ਛਜੇ ਹਟ ਨਾਲੇ, ਆਪੇ ਦੇਵਾ ਮਸਤ ਸੰਭਾਲੇ। ਬੱਜਰ ਕਪਾਟ ਜੜੇ ਜੜ ਜਾਣੇ, ਲੇਕਿਨ ਉਹਦੀ ਪ੍ਰੋਟੈਕਸ਼ਨ ਵਾਸਤੇ ਇਹੋ ਜਿਹੇ ਦਰਵਾਜ਼ੇ ਬੰਦ ਹੋਏ ਹੋਏ ਨਹੀਂ, ਤਾਂ ਕਦੇ ਖੁੱਲਦੇ ਹੀ ਨਹੀਂ। ਹੁਣ ਮਹਾਰਾਜ ਇੱਕ ਥਾਂ ਹੋਰ ਇਸ ਤਰ੍ਹਾਂ ਪ੍ਰਵਾਨ ਕਰਦੇ ਰੱਖਿਆ ਹੋਇਆ ਜਿਹਨੂੰ ਦਸਵਾਂ ਦਰਬਾਰ ਕਹਿੰਦੇ ਨੇ। ਦਸਵਾਂ ਦਰਵਾਜ਼ਾ ਉੱਧਰ ਅਸੀਂ ਕਦੇ ਜਾਂਦੇ ਨਹੀਂ, ਸਾਨੂੰ ਸੁਭਾਅ ਨਹੀਂ ਪਿਆ, ਵਾਰ ਵਾਰ ਅਸੀਂ ਘੁੰਮੀ ਜਾਂਦੇ ਨਾ ਕਰਦੇ ਜੇ ਕੰਮ ਨੂੰ ਭੁੱਲੀ ਭੁੱਲੀ ਬਸ ਰੂਪ ਨਾ ਪਾਏ। ਮਹਾਰਾਜ ਕਹਿੰਦੇ ਉਹ ਦਸਵੇਂ ਦਰਵਾਜ਼ੇ ਦੇ ਵਿੱਚ ਆ, ਜਿਹਦੇ ਵਿੱਚ ਤਪ ਕਰਦੇ ਨੇ, ਪੁੱਠੇ ਲੜਕਦੇ ਆ, ਭੁੱਖੇ ਰਹਿੰਦੇ ਨੇ, ਤੁਹਾਡੇ ਅੰਦਰ ਹੀ ਹੈ, ਕੋਈ ਦੂਰ ਨਹੀਂ ਹੈਗਾ, ਉਹ ਸਾਥ ਹੀ ਰਹਿੰਦਾ। ਬਚਨ ਕਪਾੜ ਚੜੇ ਜੜ ਜਾਣੇ ਗੁਰਸ਼ਬਦੀ ਖਲਾਏਗਾ, ਜਦੋਂ ਖੁੱਲਿਆ ਭੀਤਰ ਕੋਟ ਗੁਫਾ ਕਰ ਜਾਈ, ਨਾ ਘਰ ਥਾਪੇ ਹੁਕਮ ਜਾਈ, ਦਸਵੇਂ ਪੁਰਖ ਵੇਖ ਪਾਰੀ ਆਪੇ ਲੱਖ ਲਖਾਏ। ਉਹ ਹਰੇਕ ਦੇ ਅੰਦਰ ਹੈ ਇਹ ਚੀਜ਼ ਜਿਹੜੀ ਫਿਨੋਮੀਨਾ, ਵਾਹਿਗੁਰੂ ਵੱਸਦਾ ਹਰੇਕ ਦੇ ਅੰਦਰ। ਹੁਣ ਉਹ ਵਾਹਿਗੁਰੂ ਕੰਮ ਕਿਵੇਂ ਕਰਦਾ ਬੋਡੀ 'ਚ? ਇੱਕ ਸੰਧੀ ਹੁੰਦੀ ਹੈ, ਸੰਧੀ ਕਿਵੇਂ ਹੁੰਦੀ ਹੈ? ਜਿਵੇਂ ਚਮਕ ਪੱਥਰ ਹੈ ਨਾ,
ਇਹ ਇੰਡਸਟਰੀਆਂ ਵਾਲੇ ਬੈਠੇ ਨੇ ਜਾਣਦੇ ਨੇ ਵੀ ਜਦੋਂ ਬਹੁਤਾ ਖਿੰਡ ਜਾਂਦਾ ਲੋਹਾ ਲਾ ਉਹ ਝਾੜੂ ਹੁੰਦਾ ਇਹਨਾਂ ਦਾ ਚੰਬ ਪੱਥਰ ਵਾਲਾ ਉਸ ਐਂ ਕਰੀ ਜਾਓ ਤੁਸੀਂ ਨੱਠ ਨੱਠ ਕੇ ਉਹਦੇ ਨਾਲ ਚੁੰਬੜ ਜਾਣਗੇ ਸਾਰੇ ਉਹ ਹੱਕ ਰਜਾ ਦਿੰਦਾ ਲੋਹਾ। ਇਵੇਂ ਜਿਵੇਂ ਜਿਹੜੀ ਪ੍ਰਕਿਰਤੀ ਹੈ ਨਾ ਮੈਟਰ ਹੈ ਇਹ ਜਦੋਂ ਚੇਤਨ ਨਾਲ ਇਹਦੀ ਸੰਧੀ ਹੁੰਦੀ ਹੈ ਉਹ ਹਰਕਤ ਜਾ ਜਾਂਦਾ ਜਿਹੜਾ ਜੜ ਤੱਤ ਹੈ ਉਹ ਹਰਕਤ ਜਾਇਆ ਹੋਇਆ ਉਹ ਜਿਹੜਾ ਉਹ ਹਰਕਤ ਦਿੰਦਾ ਰਹਿੰਦਾ ਉਹਨੂੰ ਕਹਿੰਦੇ ਜੀ ਨੇ ਕਹਿੰਦੇ ਉਹਨੂੰ ਆਤਮਾ ਕਹਿੰਦੇ ਉਹਦਾ ਨਾਂ ਰੱਖਿਆ ਹੋਇਆ ਆਤਮਾ ਪਰਮਾਤਮਾ ਬ੍ਰਹਮ ਵਾਹਿਗੁਰੂ ਕੁਛ ਲੈ ਲਓ। ਉਹ ਆਤਮਾ ਤੋਂ ਹੇਠਾਂ ਜਿਹੜੀ ਸੋਝੀ ਪੈਂਦੀ ਹੈ ਨਾ ਬ੍ਰੇਨ ਦੇ ਉੱਤੇ ਉੱਥੇ ਮੈਂ ਭਾਵ ਆ ਜਾਂਦਾ ਆਈ ਐਮ ਮਾਈ ਮੈਂ ਉਹ ਮੈਂ ਹੋ ਕੇ ਸਮਸ਼ਟ ਨਾਲੋਂ ਟੁੱਟ ਗਿਆ ਬੈਸਟ ਹੋ ਗਿਆ ਇਕੱਲਾ ਹੋ ਗਿਆ ਇਕੱਲਾ ਹੋਇਆ ਤਾਂ ਮੈਂ ਭਾਵ ਆ ਗਿਆ ਮੈਂ ਭਾਵ ਆ ਕੇ ਹੇਠਾਂ ਉਤਰਨਾ ਸ਼ੁਰੂ ਕਰਤਾ ਕਿੱਥੇ ਆ ਗਿਆ ਇਹ ਸਰੀਰ 'ਚ ਆ ਗਿਆ ਪੰਜ ਤੱਤਾਂ ਦੇ ਉਹ ਆਪਣਾ ਆਪ ਤਾਂ ਭੁੱਲ ਗਿਆ ਇਹਨੂੰ ਕਹਿਣ ਲੱਗ ਗਿਆ ਮੈਂ ਮੇਰਾ ਨਾਮ ਬਰਿਆਮ ਸਿੰਘ ਹੈ ਮੈਂ ਫਲਾਣੇ ਥਾਂ ਰਹਿੰਦਾ ਪੱਕਾ ਨਿਸ਼ਚਾ ਹੋ ਗਿਆ ਕੋਈ ਮੈਂ ਤਾਂ ਬਰਿਆਮ ਸਿੰਘ ਹਾਂ ਕੋਈ ਗਾਲ ਕੱਢ ਦੇਵੇ ਨਾ ਲੈ ਕੇ ਕਹੋ ਹਾਂ ਮੈਨੂੰ ਗਾਲ ਕੱਢੀ ਉਹਨੂੰ ਆਤਮ ਸਰੂਪ ਭੁੱਲ ਗਿਆ ਮਹਾਰਾਜ ਕਹਿੰਦੇ ਤੂੰ ਕਿਉਂ ਭੋਲਿਆ ਭੁੱਲਿਆ ਫਿਰਦਾ ਤੂੰ ਤਾਂ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਿਛਾ ਹੁਣ ਅਸੀਂ ਤਾਂ ਰਹਿੰਦੇ ਹਾਂ ਮਿੱਟੀ ਦੇ ਵਿੱਚ ਅੰਨਮਈ ਕੋਸ਼ ਪੰਜ ਤੱਤਾਂ ਦੀ ਜਿਹੜੀ ਬਾਡੀ ਹੈ ਨਾ ਇਹਦੇ ਵਿੱਚ ਰਲੇ ਪਏ ਜਿਹੜਾ ਗੁਰੂ ਦਾ ਸਿੱਖਾ ਉਹ ਰਹਿੰਦਾ ਉੱਪਰਲੇ ਹਿੱਸੇ 'ਚ ਹੁਣ ਭਾਈ ਤਿਰਕੂ ਨੇ ਜਿਸ ਵਕਤ ਨੇਤਰ ਬੰਦ ਕਰੇ ਉਹ ਪਰਮੇਸ਼ੁਰ ਐਨਰਜੀ ਜਿਹੜੀ ਸੀ ਉਹ ਅੰਦਰ ਬਾਹਰ ਦੋਏ ਪਾਸੇ ਹੈ ਉਹਨੇ ਸਾਰਾ ਹੀ ਰੋਕ ਲਿਆ ਉਹਦਾ ਜਾਦੂ ਕੁਛ ਨਹੀਂ ਹੁੰਦਾ ਜਾ ਕੇ ਜਵਾਬ ਦੇ ਹੀ ਜਾਂਦੇ ਨੇ ਭੂਤ ਪ੍ਰੇਤ ਛੱਡੇ ਉਹਨਾਂ ਨੇ ਵੀ ਜਵਾਬ ਦੇਤੇ ਦੈਨ ਛੱਡੇ ਉਹਨਾਂ ਨੇ ਵੀ ਜਵਾਬ ਦੇਤੇ ਬੜਾ ਕੁਛ ਜੋਗੀ ਨੇ ਬਸ 'ਚ ਕਰਿਆ ਹੋਇਆ ਸੀ ਹੋਰ ਸ਼ਕਤੀਆਂ ਛੱਡੀਆਂ ਸਾਰਿਆਂ ਨੇ ਜਵਾਬ ਦੇਤਾ ਗੁਰੂ ਮਹਾਰਾਜ ਕਹਿੰਦੇ ਨਾਮ ਦੇ ਮੁਕਾਬਲੇ ਦੇ ਉੱਤੇ ਕੋਈ ਸੰਸਾਰ ਦੀ ਸ਼ਕਤੀ ਨਹੀਂ ਹੈ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਜੰਦੂਤ ਹੈ ਨਾ ਜਿਹੜਾ ਕਿਸੇ ਨੂੰ ਨਹੀਂ ਛੱਡਦਾ ਉਹ ਵੀ ਜਦੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਸੁਣਦਾ ਦੂਰ ਤੋਂ ਹੀ ਨੱਠ ਜਾਂਦਾ ਜਮ ਦੂਰੋਂ ਭੱਜਦਾ ਜੀ ਪਿਆਰਿਓ ਡਰ ਕੇ ਬਿਗੜ ਨਾ ਲੱਗ ਵਾਹਿਗੁਰੂ ਕਹਿ ਕੇ ਆਟਾ ਕੱਢ ਲਓ ਬੀਬੀਆਂ ਪਕਾਉਂਦੀਆਂ ਨੇ ਪਛਾਣੇ ਪੁਰਾਣੀਆਂ ਬਜ਼ੁਰਗ ਬੀਬੀਆਂ ਕਹਿੰਦੇ ਭਾਈ ਵਾਹਿਗੁਰੂ ਕਹਿ ਕੇ ਆਟਾ ਕੱਢੀ ਨਹੀਂ ਭੂਤ ਨਾਲ ਲੱਗ ਜਾਣੇ ਉਹਨੇ
ਬਰਕਤ ਨਹੀਂ ਰਹਿਣੀ। ਬਰਕਤ 'ਚ ਪਊ ਤਾਂ ਜਦੋਂ ਵਾਹਿਗੁਰੂ ਕਹਿ ਕੇ, ਵਾਹਿਗੁਰੂ ਕਹਿ ਕੇ ਪੇੜਾ ਪਾਓ, ਵਾਹਿਗੁਰੂ ਕਹਿ ਕੇ ਉੱਤੇ ਪਾਓ। ਮਹਾਰਾਜ ਕਹਿੰਦੇ ਨਾਮ ਲਾਇਆ ਤਾਂ ਕਿਸ ਫਿਕਰ ਨਾ ਲੱਗਦਾ, ਨਾਮ ਸੁਣ ਤਾਂ ਜਾਓ ਦੂਰੋਂ ਭਗ। ਨਾਮ ਲਾਇਆ ਤਾਂ ਸਭ ਦੁੱਖ ਹੈ ਨਾਸ, ਨਾਮ ਜਪਤ ਹਰ ਚਰਨ ਨਿਵਾਸ, ਹਰ ਸਿਮਰਤ ਕਿਸੇ ਚੋ ਕੁਛ ਚਾਸ ਨਾ ਜੋ ਹੈ, ਹਰ ਸਿਮਰਤ ਦੈਂਤ ਦਿਓ ਨਾ ਪੋਹੈ, ਦੈਂਤ ਵੀ ਦਿਓ ਵੀ ਨੇੜੇ ਨਹੀਂ ਆਉਂਦਾ ਕੋਈ। ਹੁਣ ਇਹ ਸ਼ਕਤੀਆਂ ਜਵਾਬ ਦੇ ਜਾਣ, ਉਹਨੇ ਫਿਰ ਤਰਾਟ ਕੇ ਸ਼ੁਰੂ ਕਰਿਆ। ਜੋਗੀਆਂ ਦੇ ਕੋਲ ਇੱਕ ਸ਼ਕਤੀ ਹੁੰਦੀ ਹੈ, ਬਹਿ ਕੇ ਤਰਾਟਕ ਲਾਉਣਾ, ਅੱਖਾਂ ਦੇ ਨਾਲ ਬੇਹੋਸ਼ ਕਰ ਲੈਣਾ, ਜਾਂ ਤਰਾਟਕ ਦੇ ਨਾਲ ਇੰਨੀ ਸ਼ਕਤੀ ਸਿੱਟਣੀ ਦੂਸਰੇ 'ਤੇ, ਦੂਸਰੇ ਨੂੰ ਬੇਹੋਸ਼ ਕਰ। ਉਹ ਜਦੋਂ ਇਹਨੇ ਤਰਾਟਕ ਕਰਿਆ, ਜਿਵੇਂ ਬੰਦੇ ਬਹਾਦਰ ਨੇ ਗੁਰੂ ਦਸਵੇਂ ਪਾਤਸ਼ਾਹ ਕੋਲ ਤਰਾਟਕ ਅਖੀਰਲਾ ਉਹਦਾ ਵਾਰ ਸੀ ਤਰਾਟਕ ਦਾ, ਪਹਿਲਾਂ ਤਾਂ ਉਹਨਾਂ ਨੇ ਵੀਰ ਭੇਜੇ ਬਈ ਮਹਾਰਾਜ ਜਿਹੜੇ ਮੰਜੇ 'ਤੇ ਬੈਠੇ ਹਨ ਧਰਤੀ 'ਚ ਸੇਕ ਕਰ। ਉਹ ਮਹਾਰਾਜ ਨੇ ਦੇਖਿਆ ਵੀ ਮੰਜਾ ਹਿੱਲਿਆ, ਉਹ ਆਪ ਤਾਂ ਕੁਰਸੀ 'ਤੇ ਬਹਿ ਗਏ, ਤੀਰ ਰੱਖਤਾ ਜੋਰ ਲਾ ਰਹੇ ਹਿੱਲਿਆ ਨੇ, ਚੱਕ ਨਾ ਹੋਇਆ। ਬੰਦੇ ਨੂੰ ਜਾ ਕੇ ਦੱਸਿਆ ਵੀ ਉਹ ਤਾਂ ਐਡਾ ਵਧੀਆ ਉਹਦਾ ਤੀਰ ਵੀ ਨਹੀਂ ਸਤੇ ਹਿੱਲਿਆ, ਕਹਿੰਦਾ ਫਿਰ ਧਰਤੀ 'ਚ ਕੱਢ ਦਿਓ ਫਲ। ਮਹਾਰਾਜ ਨੇ ਜਦ ਦੇਖਿਆ ਪਾਵੇ ਹੇਠਾਂ ਨੂੰ ਜਾਣ ਲੱਗੇ, ਤੀਰ ਚੱਕਿਆ ਨਾਲ ਖੜਾ ਕਰਤਾ। ਉਹਨਾਂ ਨੂੰ ਜਾ ਕੇ ਕਿਹਾ ਵੀ ਨਹੀਂ, ਅਸੀਂ ਉੱਥੇ ਕਾਮਯਾਬ ਨਹੀਂ ਹੋ ਸਕਦੇ, ਉਹਦਾ ਤਾਂ ਤੀਰ ਹੈ ਆਪ ਤਾਂ ਹੈ ਨਹੀਂ। ਕਹਿੰਦਾ ਫਿਰ ਮੈਂ ਹੁਣ ਤਰਾਟਕ ਕਰ। ਬੰਦਾ ਬਹਾਦਰ ਆਪਣੇ ਆਸ਼ਰਮ ਵੱਲ ਮੂੰਹ ਐਂ ਕਰਕੇ ਤਰਾਟਕ ਲਾ ਲਿਆ ਵੀ ਮੈਂ ਤਰਾਟਕ ਦੇ ਬਲ ਨਾਲ ਗੁਰੂ ਗੋਬਿੰਦ ਸਿੰਘ ਨੂੰ ਸਿੱਟੂ ਥੱਲੇ। ਉਹ ਜੇ ਤਰਾਟਕ ਜੇ ਤਾਂ ਭਾਰੂ ਪੈ ਜਾਵੇ ਤਾਂ ਉਹ ਤਾਂ ਹੋ ਜਾਂਦਾ, ਜੇ ਨਾ ਭਾਰੂ ਪਵੇ ਆਪਣੇ 'ਤੇ ਹੀ ਆ ਜਾਂਦਾ। ਉਹ ਬੰਦਾ ਬਹਾਦਰ ਗਿਰ ਪਿਆ ਉੱਠਾ ਹੋ ਕੇ। ਉਸ ਵੇਲੇ ਆਇਆ ਵੀ ਅੱਜ ਮੇਰਾ ਬਾਹ ਕਿਸੇ ਬਹੁਤ ਵੱਡੀ ਹਸਤੀ ਨਾਲ ਪਿਆ, ਕਿਉਂਕਿ ਉਹਦਾ ਸੁਭਾਅ ਸੀ ਜਦੋਂ ਦਾਦੂ ਦੇ ਦੇਹਰੇ ਤੋਂ ਗੁਰੂ ਮਹਾਰਾਜ ਚੱਲੇ ਤਾਂ ਉਹਨਾਂ ਸੰਤਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਉਹਦੇ ਨਾਲ ਜਾਇਓ, ਮਾਧੋ ਦਾਸ ਦੇ। ਕਹਿੰਦੇ ਕਿਉਂ? ਕਹਿੰਦੇ ਪਹਿਲਾਂ ਤਾਂ ਉਹ ਸੇਵਾ ਕਰਦਾ, ਬਾਅਦ 'ਚ ਬਹੁਤ ਖੱਜਲ ਖੁਆਰ ਕਰਦਾ। ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਮੈਂ ਚੱਲਿਆ ਗਿਆ, ਮੇਰੀ ਬੜੀ ਸੇਵਾ ਕਰੀ, ਜਦ ਮੈਂ ਤੁਰਨ ਲੱਗਿਆ ਕਹਿੰਦੇ ਸੰਤੋ ਬੈਠੋ ਤਾਂ ਸਹੀ, ਦਮ ਤਾਂ ਲਓ। ਕਹਿੰਦੇ ਮੈਂ ਮੰਜੇ 'ਤੇ ਬਹਿ ਗਿਆ, ਮੰਜਾ ਉਠਾ ਤਾ। ਕਹਿੰਦਾ ਇੰਨਾ ਭਜਨ ਪਾ ਤਾ ਮੇਰੀਆਂ ਚੀਕਾਂ ਨਿਕਲ ਗਿਆ ਹੈ। ਮਹਾਰਾਜ ਕਹਿੰਦੇ ਤੁਸੀਂ ਕੋਈ ਸ਼ਕਤੀ ਦਿਖਾਉਣ? ਮਹਾਰਾਜ ਉਹਦੇ ਪੂਰੇ ਸ਼ਕਤੀ ਸ਼ਕਤੀ ਕੋਈ ਨਹੀਂ ਆ, ਉਹ ਤਾਂ ਬਹੁਤ ਜ਼ਿਆਦਾ ਵੀਰ ਵਸ ਕਰੇ। ਅਤੇ ਫਿਰ ਮੈਨੂੰ ਉਹਨੇ ਤਾਨਾ ਮਾਰਿਆ ਵੀ ਸੰਤ ਵੀ ਬਣਨਾ ਅਤੇ ਸ਼ਕਤੀ ਵੀ ਨਾ ਹੋਣੀ, ਇਹ ਕਿਹੜੀ ਗੱਲ ਹੈ, ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਹੋ? ਮਹਾਰਾਜ ਕਹਿੰਦੇ ਉੱਥੇ ਹੀ ਜਾਣਾ ਸੀ, ਉੱਥੇ ਉਹਦਾ ਸਾਰਾ ਜ਼ੋਰ ਲੱਗ ਗਿਆ। ਜਦ ਆਪ ਕਿਰਪਿਆ ਫਿਰ ਆਇਆ ਚਰਨਾਂ 'ਚ। ਇਵੇਂ ਜਿਵੇਂ ਜੋਗੀ ਤਰਾਟਕ ਕਰਦਾ, ਜਦੋਂ ਤਰਾਟਕ ਨਾਲ ਕੁਛ ਨਾ ਬਣਿਆ, ਹੁਣ ਗੁਰਸਿੱਖ ਕਿੱਥੇ ਬੈਠਾ ਹੈ? ਗੁਰਸਿੱਖ ਆਤਮ ਮੰਡਲ 'ਚ ਬੈਠਾ, ਉੱਥੇ ਤਾਂ ਪਹੁੰਚ ਹੀ ਨਹੀਂ ਸਕਦੀ ਇਹ ਚੀਜ਼ਾਂ ਕੋਈ ਵੀ। ਉੱਥੇ ਉੱਥੇ ਨਾਮ ਰਾਖੀ ਕਰਦਾ, ਮਾਰੇ ਜਿਸ ਕੌਣ ਜੀ ਜਿਸ ਦਾ ਰਖਵਾਲਾ ਰੰਗੇ।
ਜਿਸ ਨੂੰ ਤੂੰ ਰਖਵਾਲਾ ਦਿੱਤਾ ਤਿੰਨੇ ਪਾਉਣ, ਜਿਸ ਨੂੰ ਤੇਰਾ ਅੰਗ ਜਿਹਦੇ ਜਿਹਦੇ ਉੱਤੇ ਤੇਰੀ ਰਾਖੀ ਹੋਊਗੀ ਨਾ, ਉਹਦਾ ਕੋਈ ਬੁਰਾ ਨਹੀਂ ਕਰ ਸਕਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਹਦੇ ਸਿਰ ਦੇ ਉੱਤੇ ਵਾਹਿਗੁਰੂ ਹੋ ਗਿਆ ਉਹਨੂੰ ਦੁੱਖ ਨਹੀਂ ਪ੍ਰਾਪਤ ਹੁੰਦਾ। ਜਿਸ ਨੂੰ ਤੇਰਾ ਅੰਗ ਅਤੇ ਸਮੁੱਖ ਉਜਲਾ, ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲ। ਉਸ ਵੇਲੇ ਉਹਨੇ ਦੇਖਿਆ ਮੇਰੀ ਸ਼ਕਤੀ ਤਾਂ ਉਹਦੇ ਮੂਹਰੇ ਕੁਛ ਵੀ ਹੈ ਨਹੀਂ। ਇਹ ਫਿਰ ਕਹਿਣ ਲੱਗਿਆ ਸਾਰਿਆਂ ਨੂੰ ਵੀ ਚਲੋ ਚਲੀਏ, ਉਹ ਤਾਂ ਨਹੀਂ ਆਉਂਦਾ, ਹਿੰਡ ਕਰਦਾ, ਮੈਂ ਆਪੇ ਜਾ ਕੇ ਦਰਸ਼ਨ ਦਿੰਦਾ ਉਹਨੂੰ। ਇਹ ਨਹੀਂ ਦੱਸਿਆ ਮੇਰੀਆਂ ਸਾਰੀਆਂ ਤਾਕਤਾਂ ਫੇਲ ਹੋ ਗਈਆਂ। ਇੱਧਰ ਆ ਕੇ ਦੱਸਿਆ ਲੋਕਾਂ ਨੇ, ਕਹਿੰਦੇ ਭਾਈ ਤਰਬੂ ਗੁਰਸਿੱਖਾ ਉਹ ਜਿਹੜਾ ਜੋਗੀ ਹੈ ਨਾ, ਹੁਣ ਤੇਰੇ ਦਰਸ਼ਨਾਂ ਨੂੰ ਆ ਗਿਆ। ਕਹਿੰਦੇ ਮੇਰੇ ਦਰਸ਼ਨਾਂ ਨੂੰ, ਮੈਂ ਤਾਂ ਉਹਦੇ ਮੱਥੇ ਨਹੀਂ ਲੱਗਣਾ ਕਿਸੇ ਕੀਮਤ ਹੈ ਜੀ, ਕਿਉਂਕਿ ਉਹਦਾ ਵਚਨ ਹੈ ਅਤੇ ਜਿਹੜਾ ਮੇਰੇ ਦਰਸ਼ਨ ਕਰੂ ਸਾਲ ਦਾ ਸੁਰਗ ਮਿਲੂਗਾ, ਅਤੇ ਮੈਨੂੰ ਤਾਂ 5 ਸਾਲ ਦਿੱਤਾ ਹੈ, ਮੈਂ ਜੇਲ੍ਹ ਖਾਣੇ ਜਾਣਾ, ਮੈਂ ਨਹੀਂ ਉਹਦੇ ਦਰਸ਼ਨ ਕਰਨੇ। ਭਾਈ ਤਿਰਕੂ ਨੇ ਦਰਵਾਜ਼ਾ ਵਿਹੜੇ ਦਾ ਬੰਦ ਕਰ ਲਿਆ, ਪਿੱਠ ਕਰਕੇ ਬਹਿ ਗਿਆ ਨਾਲ, ਵੀ ਕਿਤੇ ਧੱਕੇ ਧੁੱਕੇ ਮਾਰ ਕੇ ਖੋਲ ਲੈਣ ਲੱਗ। ਇਹਨਾਂ ਨੂੰ ਆ ਗਿਆ, ਆ ਕੇ ਕਹਿਣ ਲੱਗਿਆ ਭਾਈ ਤਿਰਕੂ ਤੂੰ ਤਾਂ ਨਹੀਂ ਆਇਆ, ਨਹੀਂ ਆਇਆ, ਤੈਨੂੰ 5 ਸਾਲ ਦਾ ਸੁਰ ਚੱਲ 10 ਦਾ ਦਿੱਤਾ। ਉਹ ਕਹਿੰਦਾ ਜੋਗੀ ਜੇ ਤਾਂ ਮੇਰੇ ਨਾਲ ਗੱਲ ਕਰਨੀ ਹੈ ਨਾ, ਪਹਿਲਾਂ ਇਹ ਵਾਪਸ ਲੈ ਲਾ ਆਪਣਾ ਵਚਨ, ਮੈਂ ਕਿਸੇ ਜੇਲ੍ਹ ਖਾਨੇ 'ਚ ਨਹੀਂ ਜਾਣਾ ਚਾਹੁੰਦਾ। ਕਹਿੰਦਾ ਸੁਰਗ ਜੇਲ੍ਹ ਖਾਨਾ ਹੁੰਦਾ, ਕਹਿੰਦਾ ਹੋਰ ਕੀ ਹੁੰਦਾ, ਪੁੰਨ ਕਰਮ ਕਰਦਾ ਉੱਥੇ ਬੰਦਾ ਜਾਂਦਾ, ਮੁੜ ਕੇ ਫਿਰ ਥੱਲੇ ਗਿਰ ਪੈਂਦਾ, ਮੈਨੂੰ ਨਹੀਂ ਇਹਦੀ ਲੋੜ, ਸਾਨੂੰ ਤਾਂ ਦੋਹਾਂ ਤੋਂ ਹੀ ਬਚਾਇਆ ਹੋਇਆ ਗੁਰੂ ਨੇ। ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ, ਸੰਤਾਂ ਦੇ
ਰੁਪਈਏ ਦਾ ਹਾਰ ਲਾਲ ਹੋਵੇ ਅਤੇ ਤੂੰ ਉਹਨੂੰ ਰਜਾਉਣ ਵਾਸਤੇ ਸੋਹਣੀਆਂ ਸੋਹਣੀਆਂ ਕੌਡੀਆਂ ਉਹਦੇ ਹੱਥ 'ਚ ਬੜਾਵੇਂ, ਉਹ ਅਕਲਮੰਦ ਹੈ ਕਿ ਬੇਵਕੂਫ ਹੈ? ਕਹਿੰਦਾ ਮੇਰੇ ਸਮਝ ਨਹੀਂ ਪਈ ਗੱਲ। ਕਹਿੰਦਾ ਤੇਰਾ ਨਰਕ ਅਤੇ ਸੁਰਗ ਕੀ ਮਾਇਨੇ ਰੱਖਦਾ ਹੈ? ਕੁਛ ਦੇਰ ਵਾਸਤੇ ਸੁਰਗ ਮਿਲਦਾ, ਸੁਰਗ ਦੇ ਦੇਵਤਿਆਂ ਨੂੰ ਕਿਤੇ ਸ਼ਾਂਤੀ ਹੈ, ਇੰਦਰ ਦੌੜਿਆ ਹੀ ਫਿਰਦਾ, ਸੰਸਦ ਆਉਂਦੇ ਇੰਦਰ ਉਹ ਆਇਆ, ਉਹ ਵੀ ਰੋਂਦਾ ਹੀ ਫਿਰਦਾ ਜਿਹਦੇ ਕੋਲ ਦਸ ਅਰਬ ਸਾ ਗੁਣਾ ਸੁੱਖ ਜ਼ਿਆਦੇ ਹੈ ਤੇ ਵਾਚਨ। ਸਾਨੂੰ ਤਾਂ ਉਹ ਪਰਮ ਸੁੱਖ ਪ੍ਰਾਪਤ ਹੈ ਜਿਹਨੂੰ ਅਵਿਨਾਸ਼ੀ ਖੇਮ ਕਹਿੰਦੇ ਨੇ, ਉਹਨੂੰ ਛੱਡ ਕੇ ਅਸੀਂ ਨਰਕ ਸੁਰਗ ਦੀ ਬਾਤ ਕਰੀਏ ਕਿ ਬਹੁਤ ਵਾਰਤਾਲਾਪ ਉਹਦੇ ਨਾਲ ਹੋਈ, ਗੁਰਮਤਿ ਦੇ ਬਾਰੇ ਉਹਨੂੰ ਗਿਆਨ ਕਰਾਇਆ। ਕਹਿੰਦੇ ਤੈਨੂੰ ਤਾਂ ਮਿਲਿਆ ਹੀ ਕੁਛ ਨਹੀਂ ਹੈ, ਰਿਧੀਆਂ ਸਿੱਧੀਆਂ ਦੇ ਚੱਕਰ 'ਚ ਫਿਰਨਾ, ਅਸੀਂ ਤਾਂ ਇਹਦੇ ਵੱਲ ਝਾਕਦੇ ਵੀ ਨਹੀਂ ਹਾਂ, ਤਿਰਕ ਸਿੱਧੀ ਤਿਰਕ ਕਰਾਮਾਤ, ਰਿਧ ਸਿੱਧ ਨਾਮ ਹੈ ਕੀ ਦਾਸੀ, ਰਿਧ ਸਿੱਧ ਸਭ ਉਹ ਹੈ ਨਾਮ ਨਾ ਵਸੇ ਮਨ ਹੈ। ਇਹ ਤਾਂ ਕੋਈ ਚੀਜ਼ ਹੈ ਨਹੀਂ ਜੋ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਨਿਧੀ ਸਿੱਧਾ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਬਾਕੀ ਤੈਨੂੰ ਮਿਲਿਆ ਤਾਂ ਕੁਛ ਨਹੀਂ ਅਜੇ ਤੱਕ, ਇਹ ਮਨੁੱਖਾ ਜਨਮ ਪ੍ਰਭੂ ਦੀ ਪ੍ਰਾਪਤੀ ਵਾਸਤੇ ਪ੍ਰਾਪਤ ਹੋਇਆ। ਬੜਾ ਸੰਖੇਪ ਦੇ ਵਿੱਚ ਇਹ ਗੱਲ ਜਿਹੜੀ ਮੈਂ ਬੇਨਤੀ ਕਰਦਾ, ਇਹ ਸਰੀਰ ਮਿਲਿਆ, ਇਹ ਬਹੁਤ ਹੀ ਸੁੰਦਰ ਸਰੀਰ ਹੈ, ਬੜੀ ਪੁੱਤਰੀ ਤੇਰੀ ਵਿਧ ਕਰ ਸਾਠ, ਬੜੇ ਤਰੀਕੇ ਨਾਲ ਬਣਾਈ ਹੈ, 72,72,72,72,210 ਇਹਦੇ ਵਿੱਚ ਬਲੱਡ ਚੈਨਲ ਬਣੀ ਹੋਈ, 3.5 ਕਰੋੜ ਇਹਦੇ ਵਿੱਚ 6 ਹੈ ਜਿਹਨਾਂ ਦੇ ਰਾਹੀਂ ਹਰ ਵਕਤ ਇਹਦੀ ਪੋਇਜ਼ਨ ਬਾਹਰ ਨਿਕਲਦੀ, 5 ਪ੍ਰਾਣ ਨੇ ਇਹਦੇ ਵਿੱਚ, ਪ੍ਰਾਣ ਅਪਾਨ ਉਦਾਨ ਬਿਆਨ ਸਮਾਨ, 5 ਵਿਟਲ ਫੋਰਸਿਸ ਨੇ, ਮਨ ਹੈ, ਚਿੱਤ ਹੈ, ਬੁੱਧ ਹੈ, ਅਹਿਮ ਭਾਵ ਹੈ, ਇਹਦੇ ਅੰਦਰ ਬੇਅੰਤ ਚੀਜ਼ਾਂ ਪਈਆਂ। ਬਾਕੀ ਦਾ ਤਜਰਬਾ ਸਾਨੂੰ ਕਾਮ ਦਾ ਸਾਰਿਆਂ ਨੂੰ ਪਤਾ, ਮੇਰੇ ਅੰਦਰ ਹੈ ਕ੍ਰੋਧ ਦਾ ਪਤਾ ਹੈ, ਲੋਭ ਦਾ ਪਤਾ, ਮੋਹ ਦਾ ਪਤਾ ਹੈ, ਅਪਮਾਨ ਦਾ ਸਾਰਿਆਂ ਨੂੰ ਪਤਾ ਹੈ, ਰੋਜ਼ ਸਾਡਾ ਬਾਹਰ ਚੋਰਾਂ ਨਾਲ ਪੈਂਦਾ, ਸਾਨੂੰ ਪਤਾ ਵੀ ਚੋਰ ਅੰਦਰ ਹੈਗੇ, ਈਰਖਾ ਦਾ ਸਾਨੂੰ ਪਤਾ, ਹੌਕੇ ਲੈਂਦੇ ਹਾਂ, ਜਲਦੇ ਹਾਂ ਅਸੀਂ ਈਰਖਾ ਜਾ ਕੇ, ਨਿੰਦਿਆ ਦਾ ਸਾਨੂੰ ਪਤਾ ਵੀ ਮੈਂ ਹੁਣ ਨਿੰਦਿਆ ਕਰ ਰਿਹਾ, ਇਹ ਸਭ ਚੀਜ਼ਾਂ ਸਾਨੂੰ ਲੱਗਦੀਆਂ, ਪਰ ਇਹਨਾਂ ਬਹੁਤ ਬੁਰੀਆਂ ਨੇ, ਗਾਰਬੇਜ ਹੈ ਇਹ ਆਦਮੀ ਦੇ ਅੰਦਰ। ਲੇਕਿਨ ਇਹਦੇ ਵਿੱਚ ਜਿਹੜੀਆਂ ਵਧੀਆ ਚੀਜ਼ਾਂ ਪਈਆਂ, ਸਤ ਪਿਆ, ਸੰਤੋਖ ਹੈ, ਵਿਚਾਰ ਹੈ, ਦਇਆ ਹੈ, ਖਿਮਾ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਪਰਉਪਕਾਰ ਦਾ ਮਾਦਾ ਹੈ, ਸੇਵਾ ਹੈ, ਸਿਮਰਨ ਹੈ,
ਇਹ ਤੋਂ ਵੀ ਜਿਹੜੀਆਂ ਸੁਭਰ ਪਈਆਂ ਉੱਪਰਲੇ ਪਾਸੇ ਉਹਨੇ ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ ਉਹਦੇ ਨਾਲ ਲੱਗਦਾ ਹੀ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਦੇਖ ਇਹ ਸਰੀਰ ਦੇ ਵਿੱਚ ਸਭ ਕੁਛ ਪਿਆ, ਤੈਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨਹੀਂ ਸੀ ਨਰਕਾਂ ਨੂੰ ਲਗਾਉਣ ਵਾਲੀਆਂ, ਉਹ ਤਾਂ ਤੈਨੂੰ ਮਿਲ ਗਈਆਂ ਸਾਰੀਆਂ। ਕਾਮ ਤੈਨੂੰ ਮਿਲ ਗਿਆ, ਕ੍ਰੋਧ ਤੈਨੂੰ ਮਿਲ ਗਿਆ, ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਸਭ ਤੈਨੂੰ ਸਹਿਜ ਨਾਲ ਹੀ ਟੱਕਰ ਗਿਆ। ਵੀ ਉਹ ਜਿਹੜੀ ਸੱਤ ਵਿਚਾਰ ਹੈ ਉਹ ਤੈਨੂੰ ਪ੍ਰਾਪਤ ਨਹੀਂ ਹੋਈ, ਖਿਮਾ ਤੇਰੇ 'ਚ ਨਹੀਂ ਆਈ, ਧੀਰਜ ਤੇਰੇ 'ਚ ਨਹੀਂ ਆਈ, ਦਇਆ ਤੇਰੇ 'ਚ ਨਹੀਂ ਆਈ, ਹਿੰਸਾ ਤੇਰੇ ਵਿੱਚ ਨਹੀਂ ਆਈ, ਸੰਤੋਖ ਤੈਨੂੰ ਅਜੇ ਪ੍ਰਾਪਤ ਨਹੀਂ ਹੋਇਆ। ਉੱਪਰਲੇ ਪਾਸੇ ਨੂੰ ਰੁੱਖ ਨਹੀਂ ਤੈਅ ਕਰਿਆ, ਅੰਦਰਲੀ ਖੋਜ ਨਹੀਂ ਕਰੀ, ਬਾਰ ਬਾਰ ਤੂੰ ਦੇਖਦਾ ਇਹ ਚੀਜ਼ਾਂ ਬਾਹਰੋਂ ਮਿਲਦੀਆਂ ਨੇ, ਉਹ ਅੰਦਰੋਂ ਮਿਲਦੀਆਂ ਨੇ। ਅਤੇ ਉਹ ਅੰਦਰਲੇ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲ ਗਈ, ਇਹ ਤੇਰੀ ਵਾਰੀ ਆ, ਤੈਨੂੰ ਵਾਰੀ ਮਿਲ ਗਈ ਪਿਆਰਿਆ ਮਨੁੱਖਾ ਸਰੀਰ ਮਿਲ ਗਿਆ। ਪਹਿਲਾਂ ਭਟਕਦਾ ਫਿਰਦਾ, ਫਿਰਦੇ ਫਿਰਦੇ ਬਹੁਤੇ ਜੁਗ ਹਾਰੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮ ਪੰਛੀ ਸਰ ਹੋਇਓ, ਕਈ ਜਨਮ ਹੈਵਰ ਉਹਦਾ ਲੰਘੇ ਤੇਰੇ, ਇਹ ਮਸਾਂ ਮਿਲਿਆ ਤੈਨੂੰ, ਫਿਰਦੇ ਫਿਰਦੇ ਬਹੁਤੇ ਜੁਗ ਹਾਰਿਓ ਮਾਨਸ ਦੇ ਦੇ। ਔਰ ਫਿਰ ਇਹ ਵੀ ਹੈ, ਇਹ ਮਿਲਤਾ ਕੀ ਗਰੰਟੀ ਨਹੀਂ ਹੈ, ਵਾਰ ਵਾਰ ਨਾ ਮਿਲਣੀ ਮਾਨ ਮਿਲਦੇ ਕੇ ਪੁਹਿੰਗਰੇ ਬਾਹਰ ਨਾ ਲੱਗੇ ਡਾਰੇ, ਫਿਰ ਤਾਂ ਲੱਗਣੇ ਨਹੀਂ ਟਾਲੀ ਨਾ। ਆ ਜਿਹੜਾ ਹੁਣ ਵੀ ਆਪਣਾ ਟਾਈਮ ਲੰਘਿਆ ਜਾ ਰਿਹਾ ਰੱਬ ਨੂੰ ਮਿਲਣਾ, ਕੋਈ ਬਹੁਤਾ ਟਾਈਮ ਨਹੀਂ ਲੱਗਦਾ, ਬੁਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਇੱਧਰ ਲਾਓ, ਬਾਹਰਲੇ ਪਾਸੇ ਹਟ ਜਾ ਢੂੰਡਣ ਤੇ ਗੁਰਘਰ ਹੀ ਮੈਂ ਦਿਖਾਇਆ ਥਾ, ਉਹ ਤਾਂ ਅੰਦਰ ਵੱਸਦਾ ਤੂੰ ਦੇਖਦਾ ਨਹੀਂ, ਯਕੀਨ ਨਹੀਂ ਤੈਨੂੰ ਆਉਂਦਾ। ਗੁਰੂ ਕੋਈ ਔਖਾ ਕੋਈ ਸਰੀਰ ਤਾਂ ਨਹੀਂ ਨਾ ਰੱਖਦਾ ਸਿਰ 'ਤੇ ਵੀ ਆਹ ਚੱਕੀ ਫਿਰ, ਉਹ ਕਹਿੰਦਾ ਤੂੰ ਐਂ ਕਰਦੇ ਨੇ ਮੈਲ ਲੱਗੀ ਹੋਈ ਆ ਅੰਦਰ, ਉਹ ਸ਼ੀਸ਼ਾ ਸਾਫ਼ ਕਰ ਲੈ, ਉਹਦੇ 'ਚ ਰਿਫਲੈਕਸ਼ਨ ਪਏਗਾ ਰੱਬ ਦਾ, ਤੈਨੂੰ ਤੇਰੇ ਅੰਤਸ਼ਕਰਨ ਵਿੱਚੋਂ ਹੀ ਲੱਭਦਾ ਇਹ ਮੈਲ ਆਇਆ ਬਹੁਤਾ, ਇਹਨੂੰ ਧੋਈਏ ਕਿਵੇਂ, ਕਹਿੰਦੇ ਭਰੀ ਆ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ, ਨਾਮ ਦੇ ਪਿਆਰ ਨਾਲ ਧੋਵੈ, ਇੰਨਾ ਹੀ ਕਹਿਣਾ ਤਾਂ ਵਾਹਿਗੁਰੂ 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 ਕਰ ਲੈ। ਕਹਿੰਦੇ ਐਵੇਂ ਕਰੀ ਜਾਓ, ਕਹਿੰਦੇ ਨਹੀਂ ਇਹ ਤੇਰੇ ਅੰਦਰ ਵੱਸ ਜਾਏਗਾ,
ਤੇਰਾ ਜੀਵਨ ਬਣ ਗਿਆ, ਫਿਰ ਆਖਾਂ ਜੀਵਾਂ ਵਿਸਰਾ ਮਰ ਜਾਓ। ਫਿਰ ਤਾਂ ਜੇ ਕਹੇਗਾ ਵਾਹਿਗੁਰੂ ਵਾਹਿਗੁਰੂ ਤਾਂ ਜਿਉਂਦਾ ਰਹੇਗਾ, ਨਹੀਂ ਹੋ ਕੇ ਰਹਿਣ ਲੱਗ ਜਾਏਗਾ ਵੀ ਇੱਥੇ ਕੀ ਗੁਆਚ ਗਿਆ। ਫਰੀਦਾ ਅੱਜ ਤਾਂ ਸੁੱਤੀ ਕੰਧ ਸੋ ਮੇਰਾ ਮੁੜੇ ਮੁੜ ਗਿਆ, ਪੁੱਛੋ ਜਾਏ ਬਾਗ ਨੇ ਤੁਮ ਕਿਉਂ ਰਹਿਣ ਪਿਆ। ਕਹਿੰਦੇ ਛੋਟਾ ਜਿਹਾ ਕੰਮ ਹੈ, ਕਾਰੋਬਾਰ ਵੀ ਕਰ। ਚਿਤਹਰਿ ਦੇ ਨਾਮ ਨਾਲ ਚਿੰਤਤ ਹੀ ਦਿਸ਼ਾ ਸਭ ਕੁਝ, ਚੇਤਾ ਏਕ ਤਹੀ ਸੁਖ। ਉਹ ਬਾਕੀ ਦਾ ਛੱਡ ਕੇ ਤੂੰ ਵਾਹਿਗੁਰੂ ਵੱਲ ਚਿੱਤ ਲਾ ਲੈ, ਕਿਉਂਕਿ ਆਪਾਂ ਕੰਮ ਨੂੰ ਬੜਾ ਇੰਪੋਰਟੈਂਟ ਕੰਮ ਕਰਨ ਵਾਸਤੇ ਇੱਥੇ ਆਏ ਹਾਂ। ਜੇ ਟਾਈਮ ਲੰਘ ਗਿਆ ਫਿਰ ਪਛਤਾਉਂਦੇ ਜਾਵਾਂਗੇ। ਕਬੀਰ ਇਹ ਧੰਨ ਜਾਏਗਾ ਸਗੋਂ ਤੋਂ ਦੇ ਹੋ ਨਾਂਗੇ ਪਾਵਨ ਤੇ ਗਏ ਜਿਨ ਕੇ ਰਾਹ ਕਰਨਾ ਉਹ ਤੋਂ ਸੋਨਾ ਹੈ ਕਿ ਉਹ ਪਰੇ ਉਹ ਲੋਕ ਹੈ ਬੰਦ ਨਾਨਕ ਸਮੇਂ ਉਹ ਰਾਮ ਕਿਉਂ ਰੋ ਤੰਗ ਹੁਣ ਕਿਉਂ ਰੋਈ ਜਾਂਦੇ। ਟਾਈਮ ਤਾਂ ਗੁਜ਼ਾਰ ਲਿਆ ਸਾਰਾ, ਕਰਨਾ ਕੀ ਸੀ ਵਾਹਿਗੁਰੂ ਵਾਹਿਗੁਰੂ ਕਰਨਾ ਸੀ, ਹੋਰ ਕੋਈ ਪਹਾੜ ਤਾਂ ਨਹੀਂ ਚੱਕਣਾ ਸਿਰ ਦੇ ਉੱਤੇ। ਥੋੜ੍ਹਾ ਬੋਲ ਲੈਂਦਾ ਤਾਂ ਕੀ ਫਰਕ ਪੈਂਦਾ ਸੀ। ਉਹ ਵਾਹਿਗੁਰੂ ਵਾਹਿਗੁਰੂ ਕਰਕੇ ਤੇਰੇ ਸ਼ੀਸ਼ੇ ਦੀ ਮੈਲ ਲੈ ਜੂ, ਭਰੀਆਂ ਮੱਤ ਪਾਪਾਂ ਕੇ ਸੰਗ ਉਹ ਧੋਪੈ ਨਾ ਬਣ। ਜਦੋਂ ਮੈਲ ਲੱਗ ਗਈ ਫਿਰ ਉਹਦਾ ਲਿਸ਼ਕਾਰਾ ਵਿੱਚ ਪੈ ਜਾਣਾ। ਦੱਸੋ ਇਹਦੀ ਕਿਹੜੀ ਔਖੀ ਗੱਲ ਹੈ ਰੱਬ ਨੂੰ ਮਿਲਣ ਨੂੰ, ਤੇਰੇ ਅੰਦਰ ਰਹਿੰਦਾ। ਪਰ ਇਹਦੇ ਵਿੱਚ ਇੱਕ ਚਾਬੀ ਹੈ, ਉਹ ਸੰਤਾਂ ਕੋਲ ਹੁੰਦੀ ਹੈ, ਉਹ ਸਖਾਲਾ ਦੇ ਕੇ ਖੋਲ ਦਿੰਦੇ ਨੇ ਮਹੱਲੇ 'ਚ ਵੀ ਉਹਨਾਂ ਦੀ ਸੰਗਤ ਕਰ ਲੈ ਤੂੰ ਜਿਹੜੇ ਜੁੜੇ ਹੋਏ ਦੂਜਿਆਂ ਦੀ ਨਹੀਂ ਕਹਿੰਦੇ। ਸੰਤ ਦਾ ਬੜਾ ਮੁਸ਼ਕਲ ਹੈ, ਭੇਖ ਵਾਲਾ ਸੰਤ ਹੈ। ਮੈਂ ਤਾਂ ਕਹਿੰਦਾ ਵੀ ਹਲ ਚਲਾਉਣ ਵਾਲਾ ਵੀ ਸੰਤ ਹੈ, ਟਰੱਕ ਚਲਾਉਣ ਵਾਲਾ ਵੀ ਸੰਤ ਹੈ, ਦਫ਼ਤਰ 'ਚ ਬੈਠਾ ਲਿਖਣ ਪੜ੍ਹਨ ਵਾਲਾ ਵੀ ਸੰਤ ਹੈ। ਸੰਤ ਤਾਂ ਇੱਕ ਅਵਸਥਾ ਹੈ ਜਿਹਨਾਂ ਸਾਸ ਗ੍ਰਾਸ ਨਾਲ ਵਿਸਰਾ ਹਰਨਾਮਾ ਮਨਮਨ ਧੰਨ ਸਹੀ ਨਾਨਕਾ ਪੂਰਨ ਸਹੀ ਸੰਤ। ਉਹ ਗੁਰਮੁਖ ਕਹਿ ਰਿਹਾ ਗੁਰਮੁਖਾਂ ਦੀ ਸੰਗਤ ਕਰ ਲੈ, ਗੁਰਮੁਖ ਦੀ ਸੰਗਤ ਕਰੇਗਾ ਤੈਨੂੰ ਫਿਰ ਰਾਹ ਛੇਤੀ ਮਿਲ ਜਾਏਗਾ। ਸੋ ਰਸਤਾ ਤਾਂ ਛੋਟਾ ਜਿਹਾ ਹੀ ਹੈ, ਬੁੱਢਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਲੱਗਦਾ ਨਹੀਂ ਹੈ। ਬੁੱਲੇ ਨੂੰ ਸਾਰੀ ਜ਼ਿੰਦਗੀ ਲੱਗ ਗਈ, ਪੀਰ ਨੇ ਤਾਂ ਇੰਨੀ ਗੱਲ ਕਹਿਤੀ ਨਾ, ਪਰ ਉਹ ਤਾਂ ਸਾਂਭਿਆ ਨਾ ਗਿਆ, ਤਾਂ ਕਰਾਮਾਤਾਂ ਦਿਖਾਉਣ ਲੱਗ ਗਿਆ, ਸ਼ਕਤੀਆਂ ਦਿਖਾਉਣ ਲੱਗ ਗਿਆ। ਜੇ ਸਤਸੰਗ ਹੁੰਦੀ ਹੋਵੇ ਇਹਦੇ ਵਿੱਚ ਹੌਲੀ 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 ਕਦੇ ਨਾ ਕਦੇ ਸੋਝੀ ਆ ਜਾਂਦੀ ਹੈ ਵੀ ਰੱਬ ਰਹਿੰਦਾ ਕਿੱਥੇ। ਹੁਣ ਇਹ ਗੱਲਾਂ ਲੰਬੀਆਂ ਨੇ, ਆਪਣੀਆਂ ਹਜ਼ਾਰ ਫਿਰ ਬਣ ਗਈਆਂ, ਆਹੀ ਗੱਲਾਂ ਕਰਦੇ ਹਨ। ਦੇਖ ਕੇ ਲੈ ਕੇ ਦੇਖ ਲਿਆ ਕਰੋ, ਕਦੇ ਕਦੇ ਪਤਾ ਲੱਗ ਜੂ। ਸੋ ਕਹਿਣ ਲੱਗਿਆ ਜੋਗੀ ਸਾਹਿਬ ਤੇਰੇ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੱਸ, ਇਹ ਤਾਂ ਕਰਨੀਆਂ ਕੀ ਨੇ। ਉਹ ਜੇ ਜਮਦੂਤਾਂ 'ਤੇ ਜਾ ਕੇ ਡੰਡੇ ਪਏ ਤੇਰੇ ਕੁੱਤਾ ਬਿੱਲਾ ਬਣਾਤਾ, ਫਿਰ ਤੂੰ ਕੀ ਕਰੇਗਾ ਦੱਸ। ਤੈਨੂੰ ਉਹ ਚੀਜ਼ ਤਾਂ ਲੱਭੀ ਨਹੀਂ ਜਿਹੜੀ ਸੰਤ ਟੋਲਦੇ ਫਿਰਦੇ ਨੇ, ਉਹ ਹੈ ਅਵਿਨਾਸ਼ੀ ਖੇਰ।
ਸਦਾ ਦਾ ਸੁੱਖ। ਗੁਰਮਤ ਦਾ ਮਾਰਗ ਇਸਨੇ ਉਸਨੂੰ ਸਮਝਾਇਆ। ਕਹਿਣ ਲੱਗਿਆ ਭਾਈ ਤਿਰਗੂ, ਮੈਂ ਤਾਂ ਜਨਮ ਬਰਬਾਦ ਕਰ ਲਿਆ, ਮੇਰੀ ਉਮਰ ਵੱਡੀ ਹੈ, 150-200 ਸਾਲ ਦਾ ਮੈਂ ਹੈਗਾ, ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਰਸਤੇ 'ਚ ਸਾਰੇ ਸਮਝਾਉਂਦਾ ਵੀ ਚਲਿਆ ਗਿਆ ਗੁਰੂ ਸਾਹਿਬ ਕੋਲ, ਜਿਸ ਨੇੜੇ ਆਏ ਅੰਮ੍ਰਿਤਸਰ, ਕਹਿੰਦਾ ਵੀ ਗੁਰੂ ਸਾਹਿਬ ਦੀ ਉਮਰ ਕਿੰਨੀ ਕੁ ਹੈ? ਕਹਿੰਦਾ ਉਮਰ 'ਤੇ ਕੀ ਲੈਣਾ? ਕਹਿੰਦਾ ਨਾ ਮੈਂ ਦੇਖਣਾ ਉਹਨੇ ਸਾਧਨ ਸੁਧਨ ਕਰੇ ਨੇ, ਕਹਿੰਦੇ ਗੁਰੂ ਬਣਿਆ ਹੋਇਆ। ਉਹ ਕਹਿੰਦੇ ਉਹਨਾਂ ਦਾ ਸਰੀਰ 22 ਸਾਲ ਦਾ। ਮੈਂ ਚੱਲ ਮੈਂ ਨਹੀਂ ਜਾਂਦਾ, ਕਹਿੰਦਾ ਬੇਵਕੂਫ ਹਾਂ, 22 ਸਾਲ ਦੇ ਮੁੰਡੇ ਕੋਲ ਮੈਂ 200 ਸਾਲ ਦਾ ਤੁਰਿਆ ਜਾਵਾਂ? ਉਹ ਕਹਿੰਦਾ ਚੱਲ ਤਾਂ ਸਹੀ, ਤੂੰ ਤੇਰੀ ਨਿਸ਼ਾਨਾ ਹੋਈ, ਤੂੰ ਮੁੜਿਆ ਕੋਲ ਆਇਆ ਹੋਇਆ, ਜਵਾਬ ਦਿੰਦਾ ਤੂੰ। ਉਸ ਵੇਲੇ ਚਲਿਆ ਗਿਆ, ਬੇਨਤੀ ਕਰੀ ਕਿ ਮਹਾਰਾਜ ਗੜਸ਼ੰਕਰ ਦਾ ਜੋਗੀ ਆਇਆ, ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਉਹਨੂੰ ਸਨਮੁਖ ਦਰਸ਼ਨ ਨਹੀਂ ਆਉਣੇ, ਕਨਾਤ ਲਾ ਕੇ ਹੋਣਗੇ। ਕਨਾਤ ਲਾ ਤੀ, ਮਹਾਰਾਜ ਵੀ ਆ ਗਏ। ਮਹਾਰਾਜ ਕਹਿੰਦੇ ਜੋਗੀ ਰਾਜ, ਕਨਾਤ ਦੇ ਹੇਠਾਂ ਦੀ ਹੱਥ ਕਰ, ਤੇਰੀ ਅਮਾਨਤਾ ਸਾਡੇ ਕੋਲ ਬੜੀ ਦੇਰ ਦੀ ਪਈ। ਕਹਿੰਦਾ ਮਹਾਰਾਜ ਮੈਂ ਤਾਂ ਅੱਜ ਪਹਿਲੇ ਦਿਨ ਤੁਹਾਡੇ ਦਰਸ਼ਨ ਕਰੇ ਨੇ, ਅਤੇ ਮੇਰੀ ਅਮਾਨਤ ਕਰਦੀ ਹੈ। ਕਹਿੰਦੇ ਤੇਰੇ ਯਾਦ ਹੈਗਾ ਤੂੰ ਜਹਾਜ਼ ਵਿੱਚ ਚੜਿਆ ਜਾਂਦਾ ਸੀ ਅਤੇ ਜਹਾਜ਼ ਡੋਲ ਰਿਹਾ ਸੀ, ਉਹ ਕਹਿੰਦੇ ਸੀ ਬੰਦੇ ਦੀ ਬਲੀ ਦਿਓ, ਬਾਕੀਆਂ ਨੇ ਤਾਂ ਛੁਡਾ ਲਿਆ ਖੜਾ, ਤੂੰ ਰਹਿ ਗਿਆ ਇਕੱਲਾ, ਤੇਰੀ ਬਲੀ ਦੇਣ ਲੱਗੇ ਸੀ। ਕਹਿੰਦਾ ਹਾਂ ਜੀ। ਕਹਿੰਦੇ ਫਿਰ ਤੇਰਾ ਕੰਨ ਵੱਢਿਆ ਨਾ ਤੇਰੇ ਬਹੁਤਾ ਕਹਿਣ 'ਤੇ? ਕਹਿੰਦਾ ਹਾਂ ਜੀ। ਕਹਿੰਦੇ ਉਹ ਕਿੱਥੇ ਸਿੱਧੀ ਸੀ ਮੰਦਰ 'ਤੇ ਤੇਰਾ ਕੰਨ? ਕਹਿੰਦਾ ਜੀ ਸਮੁੰਦਰ 'ਚ। ਕਹਿੰਦੇ ਲਾਇਆ ਫੜ, ਸਾਡੇ ਕੋਲ ਅਮਾਨਤ ਪਈ ਹੈ ਤੇਰੀ, ਉਹ ਫੜਾ ਦਾ ਦੇ ਤਾਂ ਮੇਰੀ ਹੁੰਦਾ ਸੱਚੇ ਪਾਤਸ਼ਾਹ। ਹੁਣ ਕਨਾਬ ਚੱਕਦੇ, ਕਨਾਬ ਚੱਕਦੇ, ਮੈਂ ਭੁੱਲਿਆ ਰਿਹਾ, ਮੈਂ ਤੇਰੀਆਂ ਉਮਰਾਂ ਭਰਖੀਆਂ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੇ ਮਾਰਗ 'ਤੇ ਉਹਨੂੰ ਚਲਾਇਆ, ਨਾਮ ਦੀ ਦਾਤ ਬਖਸ਼ੀ, ਗੁਰਸਿੱਖੀ ਬਖਸ਼ੀ, ਗੁਰਸਿੱਖੀ ਦੀ ਸੋਝੀ ਦਿੱਤੀ। ਸੋ ਉੱਧਰਲੇ ਪਾਸੇ ਭਾਈ ਤਿਰਗੂ, ਉਹ ਗੁਰੂ ਦੇ ਆਸਰੇ 'ਤੇ ਰਹਿਣ ਵਾਲਾ ਸਿੱਖ ਸੀਗਾ। ਜੇ ਕੋ ਸਿੱਖ ਗੁਰੂ ਸਹਿਤੀ ਸਨਮੁਖ ਹੋਵੇ ਤਾਂ ਸਿੱਖ ਸਨਮੁਖ ਹੋਏ, ਜਿਉ ਰਹੇ ਗੁਰੂ ਨਾਨਕ, ਗੁਰ ਕੇ ਚਰਨ ਹਿਰਦੇ 'ਤੇ ਆਏ, ਅੰਤਰ ਆਤਮੇ ਸਵਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿੰਦ ਅਵਰ ਨਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ। ਸੋ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਬੰਦਗੀ ਕਰੋ, ਨਾਮ ਜਪੋ, ਕੋਈ ਔਖੀ ਚੀਜ਼ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਹੈਗੇ ਵੀ ਔਖਣ ਔਖਾ ਸਾਚਾ ਨਾ, ਉਹ ਤਾਂ ਹੈ ਜੇ ਇਰਾਦਾ ਨਾ ਕਰੇ। ਨਾਮ ਜਪਿਆ ਜਾਂਦਾ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਉਹ ਨਹੀਂ ਜਪਦਾ। ਬੜੀ ਸਾਵਧਾਨੀ ਇਹਦੇ 'ਚ ਵਰਤਣੀ ਪੈਂਦੀ ਹੈ। ਬੰਦਗੀ ਕਰੋ, ਸਤ ਸ਼ਾਸਤਰ ਪੜ੍ਹੋ, ਆਤਮ ਮਾਰਗ ਦਾ ਸਾਰਾ ਹੀ ਨਾਮ ਦਾ ਹੀ ਹੈ ਪਰਚਾ ਹੈ, ਇਹ ਗਵਾਉਣ ਵਾਲਾ ਨਹੀਂ ਹੈ। ਜੇ ਕਿਸੇ ਦੇ ਨਹੀਂ ਪੜ੍ਹੋ ਤਾਂ ਰੱਖ ਦਿਓ ਵੀ ਮੇਰਾ ਪੁੱਤਰ ਪੜ੍ਹੂਗਾ, ਜੇ ਫਿਰ ਪੁੱਤਰ ਵੀ ਲਾਇਕ ਨਹੀਂ ਆਇਆ ਸਮਝ ਲਓ ਵੀ ਪੋਤਰਾ ਪੜ੍ਹੂ, ਜਿਹੜਾ ਪੜ੍ਹੂ ਮੇਰੇ ਵੀ ਕਲਿਆਣ ਕਰ ਦੂ। ਇਹਦੇ 'ਚ ਉਹ ਰਾਹ ਦੱਸੇ ਹੋਏ ਨਿਕਲੇ ਵਾਹਿਗੁਰੂ ਵੱਲ ਨੂੰ ਜਾਂਦੇ ਨੇ। ਇਹ ਕੋਈ ਐਵੇਂ
ਅਟਕਲ ਪੱਚੂ ਗੱਲਾਂ ਨਹੀਂ ਆ, ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰਬਾਣੀ ਦੀ ਇੱਕ ਤਰ੍ਹਾਂ ਨਾਲ ਵਿਆਖਿਆ ਹੀ ਆ ਸਾਖੀਆਂ ਨਾਲ, ਸਾਖੀਆਂ ਤਾਂ ਨੇ ਵੀ ਸਮਝ ਆ ਜਾਵੇ ਅੱਜ ਕੱਲ੍ਹ। ਅੱਜ ਕੱਲ੍ਹ ਜੇ ਮੈਂ ਫਿਲੋਸਫੀਕਲੀ ਬੋਲਦਾ ਸਮਝ ਨਹੀਂ ਸੀ ਆਉਣੀ, ਉਹ ਸਾਖੀ ਨਾਲ ਸਮਝ ਆ ਗਈ ਵੀ ਰਿਧੀਆਂ ਸਿੱਧੀਆਂ ਮੰਤਰ ਜੰਤਰ ਨਾਮ ਉਰੇ ਤਾਂ ਹੈ ਹੀ ਕੁਛ ਨਹੀਂ, ਮੂਲ ਮੰਤਰ ਦਾ ਪਾਠ ਕੋਈ ਬੰਦਾ ਕਰ ਲਉ, ਨਾ ਉਹਦੇ ਉੱਤੇ ਕੋਈ ਕਿਸੇ ਦੇ ਖਿਲਾਉਣ ਦਾ ਅਸਰ ਹੋਏਗਾ, ਨਾ ਉਹਦੇ ਉੱਤੇ ਭੂਤ ਦਾ ਨਾ ਪ੍ਰੇਤ ਦਾ, ਜਿਹੜੇ ਮਾਸ ਕੱਢ ਜਾਂਦੇ ਨੇ ਮਾਰ ਮਾਰ ਕੇ ਮੰਤਰ ਕਰ ਕਰਕੇ ਘਰਾਂ ਦੇ ਮੂਹਰੇ ਬੀਬੀਆਂ ਪਰੇਸ਼ਾਨ ਨਹੀਂ ਦਿੰਦੇ, ਕੋਈ ਅਸਰ ਹੀ ਨਹੀਂ ਹੋਣਾ। ਬਾਬਿਆਂ ਦੇ ਕੋਲ ਆਉਣ ਦੀ ਕੀ ਲੋੜ ਹੈ, ਤੁਸੀਂ ਆਪ ਹੀ ਪੜ੍ਹ ਲਓ। ਕੀ ਔਖਾ ਹੈ ਕਿ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ ਗੁਰਪੁਰਖ ਜਾਂ ਪਾਤਸ਼ਾਹ ਜੁਗਾ ਸੱਚ ਹੈ ਵੀ ਸੱਚ ਨਾਮ। ਇੱਥੇ ਵੀ ਜਾਂ ਦਰਗਾਹ ਵਿੱਚ ਵੀ ਅਸੀਂ ਜਾਣਾ ਨਾ, ਜਗਦੂਤ ਦੀ ਤਾਂ ਤਾਕਤ ਨਹੀਂ, ਜਗਦੂਤ ਆਉਂਦਾ ਨਹੀਂ ਹੁੰਦਾ। ਤੁਹਾਨੂੰ ਮੈਂ ਵੀ ਦੱਸਦਾ, ਜਿਹਨੇ ਅੰਮ੍ਰਿਤ ਛਕ ਲਿਆ ਗੁਰੂ ਧਾਰਨ ਕਰ ਲਿਆ, ਕੋਈ ਇਹ ਨਹੀਂ ਗੁਰੂ, ਮੈਂ ਖਿੱਚਾ ਖਿੱਚੀ ਨਹੀਂ ਕਰਦਾ ਵੀ ਸਾਡੇ ਸਾਡਾ ਹੀ ਬਣ ਗਿਆ, ਗੁਰੂ ਧਾਰਨ ਕਰਕੇ ਰਹਿਤ ਵਿੱਚ ਹੋ ਗਿਆ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਲੱਗ ਗਿਆ। ਵਾਹਿਗੁਰੂ ਨੇ ਕਿਹਾ ਹੋਇਆ ਵੀ ਇਹ ਧਰਮ ਰਾਜ ਜਿੱਥੇ ਇਸ ਕਿਸਮ ਦਾ ਬੰਦਾ ਹੋਵੇ ਨਾ ਉੱਥੇ ਤੈ ਨਹੀਂ ਜਾਣਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟਾ ਨਿਕਲ ਨਾ ਜਾਈਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਅੱਖਰ ਵਰਤੇ ਹੋਏ ਨੇ ਜਿਹਦੇ ਨਾਲ ਅਕਾਲ ਪੁਰਖ ਨੇ ਸਮਝਾਇਆ ਅੱਜ ਧਰਮ ਰਾਜ ਨੂੰ, ਕਹਿੰਦੇ ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਸੱਚੇ ਧਰਮ ਦੀ ਗੱਲ ਕਰ, ਜਿਹਨੇ ਨੇਕੀ ਕਰੀ ਹੈ ਨੇਕੀ ਦਾ ਫਲ ਦੇ, ਜਿਹਨੇ ਬਦੀ ਕਰੀ ਹੈ ਬਦੀ ਦਾ ਫਲ। ਪਰ ਜਿਹੜਾ ਗੁਰੂ ਵਾਲਾ ਹੈ ਨਾ, ਹੁਣ ਗੁਰੂ ਵਾਲੇ 'ਚ ਵੀ ਫਰਕ ਦੇਖੋ ਤੁਸੀਂ, ਉਹ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ, ਜਿਹਨਾਂ ਨੇ ਗੁਰੂ ਨੂੰ ਧਾਰਨ ਕਰਿਆ ਦੁਆਇਤ ਵਿੱਚ ਰਹਿੰਦੇ ਨੇ, ਨਿੰਦਿਆ ਚੁਗਲੀ ਈਰਖਾ ਵਕੀਲੀ ਇਹੋ ਜਿਹਾ ਕੰਮ ਕਰਦੇ ਆ, ਕਹਿੰਦੇ ਸਭ ਤੇਰੇ ਕੋਲ ਆਉਣਗੇ। ਕਹਿੰਦੇ ਮਹਾਰਾਜ ਜਿਹੜੇ ਪੁੰਨਦਾਨ ਕਰਦੇ, ਕਹਿੰਦੇ ਉਹ ਵੀ ਤੇਰੇ ਕੋਲ ਆਉਣਗੇ, ਪੁੰਨਦਾਨ ਤੋਂ ਬੀਜਦੇ ਸਭ ਧਰਮ ਰਾਏ ਕੇ ਜਾਏ। ਕਹਿੰਦੇ ਤੇਰੇ ਕੋਲ ਇਹਨਾਂ ਨੇ ਆਉਣਾ ਜਿਹੜੇ ਗੁਰੂ ਵਾਲੇ ਨੇ ਨਾ, ਇੱਕ ਤਾਂ ਗੁਰੂ ਵਾਲੇ ਉਹ ਨੇ ਵੀ ਗੁਰੂ ਧਾਰਨ ਕਰ ਲਿਆ, ਫਿਰ ਨਿੰਦਿਆ, ਫਿਰ ਚੁਗਲੀ, ਫਿਰ ਹੋਈ ਵਕੀਲੀ, ਫਿਰ ਕੰਮ ਵਿੱਚ ਪੈ ਗਏ, ਕ੍ਰੋਧ 'ਚ ਪੈ ਗਏ, ਉਹ ਤਾਂ ਮਹਾਰਾਜ ਤੋਂ ਪਤਿਤ ਹੋ ਗਏ, ਪਾਸੇ ਹਟ ਗਏ, ਬੇਮੁੱਖ ਹੋ ਗਏ। ਬੇਮੁੱਖ ਦੁੱਖ ਬੇਮੁੱਖ ਹੈ ਜਿਹੜੇ ਮਨਮੁੱਖ ਹੋ ਗਏ, ਮਨਮੁੱਖ ਦੁੱਖ ਆ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰ ਰਿਹਾ। ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ, ਵਾਰ ਵਾਰ ਜੰਮਣਗੇ, ਵਾਰ ਵਾਰ ਮਰਨਗੇ, ਜਿਹੜੇ ਗੁਰੂ ਤੋਂ ਪਿੱਠਦੇ ਗਏ। ਜਿਹਨਾਂ ਨੇ ਪਹਿਲਾਂ ਜਿਹੜਾ ਕੁਛ ਹੋ ਗਿਆ ਹੋ ਗਿਆ, ਆ ਕੇ ਗੁਰੂ ਧਾਰਨ ਕਰ ਲਿਆ, ਹੁਣ ਜ਼ਿੰਮੇਵਾਰੀ ਕਿਹਦੀ ਹੋਈ? ਉਹਨਾਂ ਨੇ ਕਿਹਾ ਫਿਰ ਸ਼ੀਸ ਗੁਰੂ ਨੂੰ ਕਹਿ ਦਿੰਦਾ ਜੀ, ਉਹ ਪਿਛਲੇ ਜਨਮ ਘੱਟਦਾ ਪੰਜ ਪਿਆਰਿਆਂ ਨੇ, ਉਹ ਕਹਿੰਦੇ ਲੈ ਹੁਣ ਨਾਮ ਲੈ ਲਿਆ, ਤੈਨੂੰ ਗੁਰੂ ਦੇ ਲੜ ਲਾਉਂਦੇ ਆ, ਫੇਰ ਨਾ ਨਾਮ ਛੱਡੇ। ਫਿਰ ਉਹਨਾਂ ਨੇ ਕਿਹਾ ਵਾਹਿਗੁਰੂ ਨਾਮ ਹੈ, ਆ ਮੂਲ ਮੰਤਰ ਹੈ, ਚਾਹੇ ਮੂਲ ਮੰਤਰ ਜਪੀ ਜਾ, ਚਾਹੇ ਨਾਮ ਜਪੀ ਜਾ। ਉਹ ਜਪਦੇ ਦਾ ਜੇ ਗਲਤੀ ਨਾ ਕਰੀ, ਫਿਰ ਮੁੜ ਕੇ ਉਹ ਵਿਕਾਰਾਂ ਵਿੱਚ ਨਾ ਪਿਆ, ਫਿਰ ਗੁਰੂ ਦਾ ਸਿੱਖ ਰਹਿ ਗਿਆ। ਹੁਣ ਜਿਹੜਾ ਗੁਰੂ ਦਾ ਸਿੱਖ ਹੈ,
ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮਰਾਰ, ਜਿਹੜਾ ਇੱਕ ਵਾਹਿਗੁਰੂ ਦਾ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਮੂਲ ਮੰਦਰ ਦਾ ਪਾਠ ਕਰ ਰਿਹਾ। ਹੁਣ ਧਰਮ ਰਾਏ ਨੂੰ ਹੁਕਮ ਕੀ ਹੈ? ਕਹਿੰਦੇ ਧਰਮ ਰਾਏ ਉਹਨਾਂ ਦੀ ਸੇਵਾ ਕਰਦੇ ਨੇ ਕਿ ਸੇਵਾ ਧਰਮ ਰਾਏ ਕਰੇ? ਉਹਨਾਂ ਦੀ ਸੇਵਾ ਧਰਮ ਰਾਜ ਕਰਕੇ ਨਾਲ ਹੱਥ ਬੰਨਦਾ, ਕਹਿੰਦਾ ਧਨ ਸਵਾਰਨ ਹਾਰ ਧਨ ਸਵਾਰਨ। ਉਹ ਪਿਆਰਿਆ ਤੂੰ ਗੁਰੂ ਦੇ ਕੋਲ ਆ ਗਿਆ, ਤੂੰ ਪੰਜ ਪਿਆਰਿਆਂ ਦੇ ਕੋਲ ਆ ਗਿਆ। ਉਹ ਧਨ ਨੇ ਉਹ ਜਿਹਨਾਂ ਨੇ ਤੈਨੂੰ ਸਮਾਰਤਾ, ਮੇਰੇ ਤੋਂ ਕੱਢ ਦਿੱਤਾ ਤੁਸੀਂ। ਇਸ ਕਰਕੇ ਮੈਂ ਇਹ ਨਿਸ਼ੰਗ ਹੋ ਕੇ ਗੱਲ ਕਹਿਣਾ, ਗੁਰੂ ਵਾਲਾ ਜਿਹੜਾ ਹੈ, ਗੁਰੂ ਵਾਲਾ ਹੋ ਕੇ ਉਹਨੇ ਕਰਹਿਤ ਨਹੀਂ ਕਰੀ, ਮਾੜੇ ਕੰਮ ਨਹੀਂ ਕਰੇ, ਨਿੰਦਿਆ ਨਹੀਂ ਕਰੀ, ਚੁਗਲੀ ਨਹੀਂ ਕਰੀ, ਵਿਕਾਰਾਂ ਵਿੱਚ ਨਹੀਂ ਪਿਆ, ਵਿਸ਼ੇ ਵਿਕਾਰਾਂ 'ਚ ਨਹੀਂ ਪਿਆ। ਉਹ ਉੱਥੇ ਜਮਦੂਰ ਦਾ ਕੰਮ ਹੀ ਨਹੀਂ, ਕੋਈ ਨੇੜੇ ਤੇੜੇ ਵੀ ਨਹੀਂ ਆਏਗਾ। ਤੋ ਨਾਮ ਸੁਣ ਤਾਂ ਜਦ ਦੂਰੋਂ ਭਾਗੇ, ਉਹਦੇ ਮੁੱਖੋਂ ਵਾਹਿਗੁਰੂ ਨਿਕਲਣਾ, ਉਹਨੇ ਨਟਕਣ। ਇਸ ਕਰਕੇ ਇਹ ਤਾਂ ਗਰੰਟੀ ਹੈ, ਕੋਈ ਐਸਾ ਕਰਮ ਨਾ ਕਰੋ, ਕਰਮ ਕਰਕੇ ਅਰਦਾਸ ਕਰਿਆ ਕਰੋ, ਹੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਬਾਣੀ ਪੜ੍ਹੀ ਹੈ, ਜੋ ਤਾਂ ਨੇਕ ਕੰਮ ਕਰਾਏ ਨੇ, ਉਹ ਤਾਂ ਤੂੰ ਆਪਣੇ ਖਜ਼ਾਨੇ 'ਚ ਕਰ ਲੈ ਜਮਾਂ। ਮੇਰੇ ਤਾਂ ਨਹੀਂ ਸਾਹਮ ਹੋਣੇ, ਚੋਰ ਲੁੱਟ ਲੈਣਗੇ, ਬੈਂਕ 'ਚ ਕਰ ਲੈ ਮੇਰੇ ਖਾਤੇ 'ਚ। ਸੱਚੇ ਪਾਤਸ਼ਾਹ ਜਿਹੜੀ ਮੇਰੇ ਤਾਂ ਭੁੱਲਾਂ ਹੋ ਗਈਆਂ ਨਾ, ਅੱਜ ਮੈਂ ਅਣਜਾਣ ਬੱਚਿਆਂ ਤੂੰ ਕਿਰਪਾ ਕਰ, ਮੈਨੂੰ ਉਹਨਾਂ ਦੀ ਮਾਫ਼ੀ ਦੇ, ਗਾਹਾਂ ਨੂੰ ਮੈਨੂੰ ਤਾਕਤ ਦੇ, ਫਿਰ ਮੈਂ ਭੁੱਲਾਂ ਨਾ ਕਰ। ਜਿਹੜਾ ਇੰਨਾ ਖਬਰਦਾਰ ਬੰਦਾ ਉਹ ਕਦੇ ਵੀ ਨਰਕ 'ਚ ਨਹੀਂ ਜਾਏਗਾ, ਉਹਨੂੰ ਮਨੁੱਖਾ ਜਨਮ ਦੁਬਾਰਾ ਮਿਲਣਾ ਹੀ ਮਿਲਣਾ, ਅਵਸ਼ ਮਿਲਣਾ। ਸੋ ਇਸ ਕਰਕੇ ਜਿਹੜਾ ਆਪਾਂ ਨੂੰ ਟਾਈਮ ਮਿਲਿਆ ਨਾ, ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਉਂਦੇ ਹੋ, ਇੰਨੀ ਦੂਰ ਖੇਚਲ ਕਰਦੇ ਹੋ, ਬੰਦਗੀ ਕਰੋ, ਨਾਮ ਜਪੋ, ਨਾ ਰੱਬ ਤੁਹਾਡੇ ਅੰਦਰ ਹੈ, ਦੂਰ ਨਹੀਂ ਹੈਗਾ। ਜਦ ਮੌਕਾ ਹੁੰਦਾ ਰੱਬ ਕਹਿੰਦਾ ਸੰਤਾਂ ਨੂੰ ਵੀ ਤੂੰ ਇਹਨੂੰ ਦੱਸ ਦੇ ਮੈਂ ਕਿੱਥੇ ਕੁ ਬੈਠਾ। ਹੁੰਦਾ ਹੁਕਮ ਨਾਲ ਇਹ ਹੈ, ਸੰਤਾਂ ਦੀ ਮਰਜ਼ੀ ਨਹੀਂ ਹੁੰਦੀ ਆਪਣੀ, ਸੰਤਾਂ ਨੂੰ ਵੀ ਆਦੇਸ਼ ਮਿਲਦਾ ਵੀ ਇਹਨੂੰ ਦੱਸ ਦੇ ਮੇਰਾ ਭੇਤ ਹੈਗਾ ਅੰਦਰ, ਇੰਨੇ ਕੁ ਸਰੀਰ ਇੰਨਾ ਵੀ ਦੱਸਦਾ ਵੀ ਇੰਨੇ ਕੁ ਥਾਂ 'ਚ ਹੀ ਹੈ। ਪਰ ਜਿਹੜਾ ਚਰੋਖਾ ਜਿਹਦਾ ਜੀ ਅਸੀਂ ਐਂ ਦੇਖ ਸਕਦੇ ਹਾਂ ਦੂਰਬੀਨ ਨਾਲ, ਉਹ ਉੱਥੇ ਦਿਸਦਾ, ਉਹ ਸਾਡੇ ਅੰਦਰ ਹੀ ਹੋਇਆ। ਫਿਰ ਨਾ ਜੇ ਅੰਦਰ ਦਿਸਦਾ, ਫਿਰ ਅੰਦਰ ਹੋਇਆ ਤਾਂ ਇਹਨੂੰ ਮਿਲਣਾ ਕੀ ਔਖਾ ਹੈ? ਕੋਈ ਤਰੀਕਾ ਸੋਚ ਲਓ, ਪੁੱਛ ਲਓ ਵੀ ਕਿਵੇਂ ਮਿਲਿਆ ਜਾਂਦਾ, ਜਾਇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿ ਨਹੀਂ ਗੁਣੀ। ਤਾਂ ਮੈਂ ਇੰਨਾ ਸਮਾਪਤ ਕਰਦਾ, ਬੇਨਤੀ ਹੈ ਕਿ ਮੇਰਾ ਕੰਨ ਠੀਕ ਨਹੀਂ ਹੋਇਆ 2 ਸਾਲ ਤੋਂ, ਲਗਾਤਾਰ ਚੱਲ ਰਿਹਾ। ਉਹ ਜੇ ਮੈਂ ਕੀਰਤਨ ਕਰਦਾ ਨਾ ਉੱਚਾ, ਉਹ ਦੁਖਣ ਲੱਗ ਜਾਂਦਾ, ਫਿਰ ਇੱਥੋਂ ਸੁੱਜ ਜਾਂਦਾ। ਡਾਕਟਰ ਕਹਿੰਦੇ ਨੇ ਵੀ ਤੁਸੀਂ ਥੋੜ੍ਹਾ ਬੋਲਿਆ ਕਰੋ, ਬਾਕੀ ਤਾਂ ਮੈਂ ਕੰਟਰੋਲ ਕਰ ਲਿਆ, ਕੀਰਤਨ ਦਾ ਹੈਗਾ ਵੀ ਇਹ ਮੈਨੂੰ ਥੋੜ੍ਹਾ ਬਹੁਤਾ ਕਰਨਾ ਪੈਂਦਾ, ਜਿੱਥਾ ਨਾਲ ਬੋਲੀ ਜਾਂਦਾ ਉੱਚਾ ਬੋਲੀ ਜਾਂਦਾ, ਪਰ ਫਿਰ ਜੇ ਗੱਲ ਪੂਰੀ ਨਹੀਂ ਹੁੰਦੀ ਤਾਂ ਰਹਿ ਜਾਂਦੀ ਹੈ, ਅੱਧ ਵਿਚਾਲੇ ਮੈਨੂੰ ਛੱਡਣ ਦੀ ਆਦਤ ਨਹੀਂ ਹੈ। ਸੋ ਇਸ ਕਰਕੇ ਬੋਲ ਵੀ ਜਿਹੜਾ ਉਹ ਕੁਛ ਗੜਬੜ ਜਿਹੀ ਕਰਨ ਲੱਗ ਜਾਂਦਾ, ਫਿਰ ਵੀ ਜਿੰਨੇ ਕੁ ਅੱਖਰ ਹੈ ਤੁਸੀਂ ਸਮਝ ਜਾਂਦੇ ਹੋ, ਇਹ ਸੇਵਾ ਮੇਰੀ ਪ੍ਰਵਾਨ ਕਰ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।